ਸ਼ਵੀ ਮੁਗਲ ਜਿਹੜੀ ਸਵਾਮੀ ਰਾਮ ਤੀਰਥ ਦੀ ਕਿਤਾਬ ਹੈ ਉਹਦੇ ਵਿੱਚ ਉਹ ਤਾਰੀਖ ਦੱਸਦੀ ਹੈ ਕਿ ਸ਼ਫੀ ਮੁਗਲ ਨੇ ਆ ਕੇ ਆਬਾਦ ਕੀਤਾ। ਇਹ ਹਿੰਦੂ ਜਿਹੜੇ ਨੇ ਉਹਨਾਂ ਛੁਪਾਈ, ਕਿਉਂਕਿ ਉਹਨਾਂ ਦਾ ਮਜ਼ਹਬੀ ਰਾਜਮਾ ਸੀ ਸਵਾਮੀ ਰਾਮ ਤੀਰਥ, ਜਿਹੜਾ ਸਾਡੇ ਪਿੰਡ ਪੈਦਾ ਹੋਇਆ ਸੀ। ਲਾਹੌਰ ਯੂਨੀਵਰਸਿਟੀ ਉਹ ਪ੍ਰੋਫੈਸਰ ਸੀ, ਲੈਕਚਰਾਰ ਸੀ ਅਲਾਮਾ ਇਕਬਾਲ ਦੇ ਦੌਰੇ 'ਚ। ਉਦੋਂ ਅਲਾਮਾ ਇਕਬਾਲ ਵੀ ਉਹਦੇ ਨਾਲ ਉੱਥੇ ਪੜ੍ਹਾਉਂਦੇ ਸਨ, ਮੁਰਾਲੀਵਾਲ ਦਾ ਸੀ। ਅਲਾਮਾ ਇਕਬਾਲ ਦੀ ਕਿਤਾਬ ਬਾਂਗੇ ਦਰਾਜ 'ਚ ਉਹਦਾ ਜ਼ਿਕਰ ਹੈ, ਬੜੇ ਮੁਤਾਸਰ ਸਨ ਉਹਦੇ ਤੋਂ। ਪਿਆ ਤੂੰ ਉਹਨੂੰ ਕਿਲੇ ਮਿੱਟੀ ਨਾ ਮਿਲੀ ਤੂੰ ਉਹ ਨਾ ਜਿਹੜਾ ਬੁਲੰਦੀ 'ਤੇ ਜਿੱਥੇ ਸਾਡਾ ਘਰ ਸੀ ਉਹਦੇ ਇਰਦ ਗਿਰਦ ਨਾ ਕਾਫੀ ਉਹ ਸੀ ਨਾ ਪੇੜ, ਉਹਨੂੰ ਆਉਂਦੇ ਨੇ ਜਿੱਥੇ ਕੋਈ ਪਿੰਡ ਆ ਬਾਹਰ ਗਰਕ ਹੋ ਜਾਵੇ ਉਹਨੂੰ ਉਹਨੂੰ ਪੇੜ ਆਉਂਦੇ ਨੇ ਪੇੜ, ਉਹ ਪੇੜ ਤੋਂ ਨਾ ਹੋ ਸਕਿਆ ਉਹ ਮਿੱਟੀ ਉੱਥੋਂ ਥੋੜ੍ਹੀ ਜਿਹੀ ਲਾ ਲੈਂਦੇ ਆ, ਉਹ ਪੇੜ ਤੋਂ ਮਿੱਟੀ ਖਰੀਦਣ ਲੱਗ ਪਿਆ ਅਤੇ ਇੱਕ ਬਹੁਤ ਬਹੁਤ ਨੌਜਵਾਨ ਜਿਹੜਾ ਨਾ ਉਹਦੀ ਲਾਸ਼ ਜਿਹੜੀ ਨਾ ਨਿਕਲ ਆਈ ਆ, ਉਹਦੇ ਐਡੀ ਐਡੀ ਪਿੰਨੀਆਂ ਅਤੇ ਮੁੱਛਾਂ ਨੂੰ ਕੁੰਡਲ ਜਿਹੜੇ ਨਾ ਉਹ ਇਸ ਤਰ੍ਹਾਂ, ਲੇਕਿਨ ਸਾਹ ਹੋ ਗਏ ਸੀ ਉਹ ਜਦੋਂ ਹੱਥ ਲਾਉਂਦੇ ਸਨ ਅਤੇ ਉਹ ਭੁਰਦਾ ਸੀ ਉਂਝ ਠੀਕ ਠਾਕ ਮਤਲਬ ਆ, ਅਤੇ ਉਹ ਮੁੱਛਾਂ ਨੂੰ ਕੁੰਡਲ ਵੀ ਉਸ ਤਰ੍ਹਾਂ ਵਾਲਾ ਸੀ ਅਬਦਰੂਹ ਵਾਲਾ। ਉੱਥੇ ਮੈਂ ਮਜ਼ਦੂਰੀ ਕਰਦਾ ਹਾਂ, ਉੱਥੇ ਮੈਂ ਨੀਂਹ ਪੁੱਟਦਿਆਂ ਪੁੱਟਦਿਆਂ ਥੱਲਿਓਂ ਐਡਾ ਕੋਈ ਕੁੱਜਾ ਅਜੇ ਵੱਡਾ ਨਿਕਲਿਆ, ਉਹ ਮੈਂ ਖੋਲ੍ਹਿਆ ਉਹਦੇ ਵਿੱਚ ਕਿਤੇ ਸੱਤ ਲੜੀਆਰ ਸੀ, ਉਹਦੇ ਵਿੱਚ ਕੜੇ ਸਨ, ਬੀਬੀਆਂ ਝੁੰਮਰ ਸੂਈਆਂ ਲਾਉਂਦੀਆਂ ਸਿਰ ਨੂੰ ਉਹ ਸਨ, ਜਾਂ ਪੈਰਾਂ ਨੂੰ ਪੰਜੇਬਾਂ ਚਾਰ ਜੋੜੀਆਂ ਉਹ ਨਿਕਲੀਆਂ ਹਨ। ਸਭ ਦਾ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਬੈੱਲ ਆਈਕਨ ਨੂੰ ਵੀ ਦਬਾ ਦਿਓ ਨਵੀਆਂ ਵੀਡੀਓ ਦੇਖਣ ਵਾਸਤੇ। ਵਾਲੇਕੁਮ ਸਲਾਮ ਜੀ। ਅੱਜ ਤੁਹਾਡੇ ਪਿੰਡ ਮੁਰਾਲੀਵਾਲਾ ਦੀ ਹਿਸਟਰੀ ਬਾਰੇ ਜਾਣਨ ਵਾਸਤੇ ਤੁਹਾਡੇ ਕੋਲ ਤੁਹਾਡਾ ਟਾਈਮ ਲਿਆ। ਕੀ ਨਾਮ ਹੈ ਆਪਣਾ? ਮੁਹੰਮਦ ਅਸ਼ਰਫ ਜੀ। ਮੁਹੰਮਦ ਅਸ਼ਰਫ, ਤੁਹਾਡੇ ਵਾਲਦ ਸਾਹਿਬ ਦਾ? ਚੋਰੀ ਨਾਇਤੁੱਲਾ। ਨਾਇਤੁੱਲਾ। ਦਾਦਾ ਜੀ ਦਾ? ਚੋਰੀ ਮੁਹੰਮਦ। ਮੁਹੰਮਦ
ਕਿਹੜਾ ਮੌਜੂਦਾ ਪਿੰਡ ਹੈ ਜਿਹੜਾ ਤੁਹਾਡਾ ਜਿੱਥੇ ਤੁਸੀਂ ਮੁਰਾਲੀਵਾਲਾ ਜੀ ਮੁਰਾਲੀਵਾਲਾ ਪੂਰਾ ਨਾਮ ਇਹਦਾ ਮੁਰਾਲੀਵਾਲਾ ਹੀ ਹਾਂ ਜੀ ਸਾਬਕਾ ਮੁਰਾਲੀਵਾਲਾ ਸੀ ਅੱਛਾ ਕਿਉਂਕਿ ਇੱਥੇ ਅਕਸਰੀਅਤ ਵਾਲਿਆਂ ਦੀ ਸੀ ਅੱਛਾ ਹੁਣ ਮੁਰਾਲੀਵਾਲਾ ਆਉਂਦੇ ਨੇ ਸਹੀ ਹੋ ਜੀ ਇਹਦੇ ਨਾਲ ਕਿਹੜੇ ਕਿਹੜੇ ਪਿੰਡ ਲੱਗਦੇ ਨੇ ਨਾਲ ਜੀ ਘੁੰਮਣ ਵਾਲਾ ਹਾਂ ਜੀ ਪੰਡੋਰੀ ਭਾਖਰਾਂ ਵਾਲੀ ਕੋਲਡੀ ਮੱਲੀਆਂ ਆਪਣਾ ਹਰਨਾਲ ਹੀ ਮੰਡਾ ਦਾ ਕੋਟ ਇਸ ਸਾਈਡ 'ਤੇ ਬਾਕਰਕੋਟ ਰੱਤੋ ਕੀ ਕੋਰੋਟਾਣਾ ਆਦੋ ਰਾਏ ਮੇਤਲਿਆਂ ਦਾ ਕੋਟ ਪੰਜ ਛੇ ਇਰਦ ਗਿਰਦ ਗਾਉਂ ਨੇ ਜਿਹੜੇ ਇੱਕ ਇੱਕ ਦੋ ਦੋ ਮੀਲ ਦੇ ਫਾਸਲੇ 'ਤੇ ਨੇ ਇਹਦੀ ਤਹਿਸੀਲ ਅਤੇ ਜ਼ਿਲ੍ਹਾ ਕਿਹੜਾ ਜ਼ਿਲ੍ਹਾ ਗੁਜਰਾਂਵਾਲਾ ਜੀ ਤਹਿਸੀਲ ਜਿਹੜੀ ਹੈ ਨਾ ਗੁਜਰਾਂ ਅੱਜ ਕੱਲ੍ਹ ਨਿਸ਼ੌਰਾ ਵਿਰਕ ਹੈ ਸੰਤਾਲੀ ਤੋਂ ਪਹਿਲੇ ਜੀ ਇੱਥੇ ਜਿਹੜੇ ਨਾ ਸਿੱਖ ਜ਼ਿਆਦਾ ਸਨ ਵਾਲਾ ਬਰਾਦਰੀ ਵਾਲਾ ਬਰਾਦਰੀ ਵਾਲਾ ਜੱਟ ਸਿੱਖ ਸਨ ਉਹਨਾਂ ਦੀ ਜਗ੍ਹਾ 'ਤੇ ਫਿਰ ਜਦੋਂ ਪਾਰਟੀਸ਼ਨ ਹੋਈ ਹੈ ਉਹ ਚਲੇ ਗਏ ਉਹਨਾਂ ਦੀ ਜਗ੍ਹਾ ਫਿਰ ਗੁੱਜਰ ਅਤੇ ਰਾਈ ਅਤੇ ਰਹਿਮਾਨੀ ਬਰਾਦਰੀ ਇਹਨਾਂ ਦੀ ਅਕਸਰੀਅਤ ਇਹ ਦੋ ਵੱਡੀਆਂ ਇੱਥੇ ਬਰਾਦਰੀਆਂ ਨੇ ਵਾਲੇ ਜਿਹੜੇ ਨੇ ਉਹਨਾਂ ਸਿਰਫ ਦੋ ਘਰ ਰਹਿ ਗਏ ਦੋ ਘਰ ਰਹਿ ਗਏ ਇਹ ਦੋ ਘਰ ਇੱਕ ਘਰ ਮੁਸਲਮਾਨਾਂ ਦਾ ਸੀ ਬਾਕੀ ਸਾਰੇ ਸਿੱਖ ਵਾਲੇ ਸਨ ਉਹ ਸਾਡਾ ਦਾਦਾ ਜਿਹੜਾ ਚੋਰੀ ਮੁਹੰਮਦੀਨ ਉਹ ਮੁਸਲਮਾਨ ਸੀ ਬਾਕੀ ਇਹਨਾਂ ਦੀ ਬਰਾਦਰੀ ਜਿਹੜੀ ਹੈ ਨਾ ਕਰਮਚੰਦ ਵਾਲਾ ਉਹਨਾਂ ਦੇ ਐਲੋ ਅਯਾਲ ਅਜੇ ਹੈ ਨਾ ਇੱਥੇ ਉਹਨਾਂ ਦੇ ਆਬਾਦ ਹੈ ਨਾ ਕਰਮਚੰਦ ਕਰਮਚੰਦ ਵਾਲਾ ਸਿੱਖ ਸਨ ਸਿੱਖ ਸਨ ਇਹਨਾਂ ਦੀ ਫੈਮਿਲੀ ਮੌਜੂਦ ਹੈ ਇਹ ਦੋ ਭਾਈ ਸਨ ਕਰਮਚੰਦ ਜਿਹੜਾ ਨਾ ਇਹਦਾ ਇੱਕ ਹੋਰ ਭਰਾ ਸੀ ਉਹ ਇੱਥੇ ਪਾਰਟੀਸ਼ਨ 'ਚ ਨਾ ਕਤਲ ਹੋ ਗਿਆ ਉਹਦੇ ਜਿਹੜੇ ਬੇਟੇ ਨੇ ਉਹ ਇੱਥੋਂ ਨੱਸ ਕੇ ਚਲੇ ਗਏ ਉਹ ਠੀਕ ਪਹੁੰਚ ਗਏ ਉਹ ਇੱਕ ਬਲਕਾਰ ਸਿੰਘ ਸੀ ਇੱਕ ਸੀ ਨੂਪਾ ਇੱਕ ਤਲੋਕ ਸਿੰਘ ਸੀ ਉਹ ਤਿੰਨੇ ਭਾਈ ਜਿਹੜੇ ਨੇ ਚਲੇ ਗਏ ਵਾਲਦ ਉਹਨਾਂ ਦਾ ਇੱਥੇ ਕਤਲ ਹੋ ਗਿਆ ਪਾਰਟੀਸ਼ਨ 'ਚ ਆ ਇਹ ਜਿਹੜੇ ਨੇ ਇੱਥੇ ਮੁਸਲਮਾਨ ਹੋ ਗਏ ਕਰਮਚੰਦ ਜਿਹੜਾ ਨਾ ਇਹਦੇ ਬੇਟਾ ਇੱਕ ਰਾਮਤੁੱਲਾ ਉਹ ਬੇਲੀ ਸਿੰਘ ਸੀ ਉਹਦਾ ਨਾਂ ਅਤੇ ਸਨਾਵਲਾ ਦਾ ਨਾਂ ਜਿਹੜਾ ਨਾ ਉਹਦਾ ਨਾਂ ਇੱਕ ਦਾ ਨਾਂ ਬੇਲੀ ਸੀ ਅਤੇ ਦੂਜੇ ਦਾ ਨਾਂ ਹਜ਼ਾਰਾ ਸਿੰਘ ਹਜ਼ਾਰਾ ਸਿੰਘ ਅਤੇ ਬੇਲੀ ਸਿੰਘ ਇੱਕ ਸਤਵੰਤ ਕੌਰ ਇਹਨਾਂ ਦੀ ਭੈਣ ਇੱਥੇ ਰਹਿ ਗਈ ਆਹੋ ਇਸ ਇੱਥੇ ਸ਼ਾਦੀ ਕਰ ਲਏ ਮੁਸਲਮਾਨ ਹੋ ਗਏ ਹਾਂ ਇੱਕ ਸਤਵੰਤ ਕੌਰ ਜਿਹੜੀ ਹੈ ਨਾ ਉਹ ਮੁਸਲਮਾਨ ਹੋ ਗਈ ਅਤੇ ਉਸ ਇੱਥੇ ਸ਼ਾਦੀ ਕੀਤੀ ਅਤੇ ਇੱਕ ਜਿਹੜੀ ਹੈ ਨਾ ਬਸੰਤ ਕੌਰ ਉਹ ਮੁਸਲਮਾਨ ਹੋ ਗਈ ਅਤੇ ਉਹਦੀ ਬੇਟੀ ਇੱਕ ਸੀ ਆਪਣਾ ਬਚਨ ਕੌਰ ਉਹ ਫਿਰ ਬਾਅਦ ਵਿੱਚ ਉਹਦਾ ਨਾਂ ਸ਼ਕੀਲਾ ਉਰਫ ਬੱਚੋ ਉਹ ਰੱਖਿਆ ਗਿਆ ਇਹ ਫੈਮਿਲੀ ਸਿੱਖ ਫੈਮਿਲੀ ਸੀ ਜਿਹੜੇ ਇੱਥੇ ਰਹੇ ਜਿਹੜੇ ਵਾਲੇ ਸਨ ਸਾਡਾ ਦਾਦਾ ਜਿਹੜਾ ਇਹ ਪਹਿਲੇ ਦੀ ਮੁਸਲਮਾਨ ਸਨ ਅਤੇ ਇਹ ਫਿਰ ਪਾਰਟੀਸ਼ਨ 'ਚ ਇਸ ਤੋਂ ਨਾ ਗਏ ਕਿ ਚੂੰਕਿ ਮੁਸਲਮਾਨ ਸਨ ਬਾਕੀ ਸਾਰਾ ਪਿੰਡ ਵਾਲਿਆਂ ਦਾ ਸੀ ਅਕਸਰੀਅਤ ਜਿਹੜੀ ਹੈ ਉਸ ਤੋਂ ਇਲਾਵਾ ਲਲਾਰੀ ਬਰਾਦਰੀ ਰੰਗਰੇਜ਼ ਜਿਹੜੇ ਕੱਪੜਾ ਠੱਪਦੇ ਸਨ ਅਤੇ ਅਨਸਾਰੀ ਬਰਾਦਰੀ ਜਿਨ੍ਹਾਂ 'ਚ ਇਹਦੇ ਅਬਾਓ ਅਜਦਾਦ ਹੈ ਇਹਦੇ ਅਬਾਓ ਅਜਦਾਦ ਤਿੰਨ ਭਾਈ ਸਨ ਇਹ ਅਨਸਾਰੀ ਬਰਾਦਰੀ ਇਹਨਾਂ ਦੀਆਂ ਖੱਡੀਆਂ ਹੁੰਦੀਆਂ ਸਨ ਅਤੇ ਸਾਡੇ ਦਾਦਾ ਜੀ ਜਿਹੜੇ ਨੇ ਸਾਡੇ ਵਾਲਦ ਸਾਹਿਬ ਦੱਸਦੇ ਨੇ ਕਿ ਸਾਡੇ ਦਾਦਾ ਜੀ ਇਹਨਾਂ ਦੀ ਖੱਡੀਆਂ 'ਤੇ ਜਾ ਕੇ ਬਹਿੰਦੇ ਸਨ ਕਿਉਂਕਿ ਇਹ ਮੁਸਲਮਾਨ ਸਨ ਇਹਨਾਂ ਨਾਲ ਹੀ ਉਹਨਾਂ ਦੀ ਦੋਸਤੀ ਸੀ ਜ਼ਿਮੀਂਦਾਰਾਂ 'ਚ ਉਹਨਾਂ ਉਹ ਜਿਹੜੇ ਸਿੱਖ ਸਨ ਉਹਨਾਂ ਨਾਲ ਦੋਸਤੀ ਘੱਟ ਸੀ ਵਰਤੋਂ ਭਾਜੀ ਤਾਂ ਹੈ ਸੀ ਬਰਾਦਰੀ ਲੈਵਲ 'ਤੇ ਲੇਕਿਨ ਚੂੰਕਿ ਇਹ ਮੁਸਲਮਾਨਾਂ ਦਾ ਘਰ ਸੀ ਇਹਨਾਂ ਨਾਲ ਤਾਂ ਇੱਕ ਲਲਾਰੀ ਕੱਪੜਾ ਰੰਗਦੇ ਸਨ ਉਹ ਸੱਤ ਭਰਾ ਸਨ ਉਮਰਦੀਨ ਵਗੈਰਾ ਵਗੈਰਾ ਸੱਤ ਭਰਾ ਸਨ ਉਹਨਾਂ ਨਾਲ ਦੋਸਤੀ ਸੀ ਸਾਡੇ ਦਾਦੇ ਦੀ ਅਤੇ ਉਹ ਫਿਰ ਪਾਰਟੀਸ਼ਨ ਦੇ ਸਿੱਖ ਚਲੇ ਗਏ ਅਤੇ ਉਹਦੀ ਜਗ੍ਹਾ 'ਤੇ ਗੁੱਜਰ ਅਤੇ ਰਹਿਮਾਨੀ ਬਰਾਦਰੀ ਅਤੇ ਅਰਾਈ ਬਰਾਦਰੀ ਇਹ ਅਕਸਰੀਅਤ ਇਹਨਾਂ ਦੀ ਗੁਰਦਾਸਪੁਰ ਅੰਬਾਲਾ ਮੁਖਤਲਿਫ ਜ਼ਿਲ੍ਹਿਆਂ ਦੇ
ਉਸ ਤੋਂ ਬਾਅਦ ਉਹਨਾਂ ਦਾ ਇੱਕ ਬੇਟਾ ਜਿਹੜਾ ਨਾ ਅਤਾਉਲਾ ਉਹ ਨੰਬਰਦਾਰ ਰਿਹਾ ਹਜ਼ਾਰਾ ਸਿੰਘ ਦਾ ਬੇਟਾ ਨੰਬਰ ਉਹਨਾਂ ਕੋਲ ਰਹੀ ਆ ਇਹ ਜ਼ਮੀਨ ਕੋ ਤਕਰੀਬਨ ਇਹਨਾਂ ਦੀ 7 ਮਰਬੇ ਜ਼ਮੀਨ ਸੀ ਤਕਰੀਬਨ 175 ਏਕੜ ਤਕਰੀਬਨ ਇੰਨੀ ਸਾਡੇ ਦਾਦੇ ਦੀ ਸੀ ਨਹੀਂ ਉਹ ਜਿਹੜੇ ਉੱਥੇ ਗਏ ਨਾ ਉਹ ਤਾਂ ਉਹਨਾਂ ਨੂੰ ਸਾਊਥ ਮਿਲ ਗਿਆ ਇਹਨਾਂ ਦੀ ਇੱਥੇ ਰਹਿ ਗਈ ਇਹਨਾਂ ਦੀ ਇੱਥੇ ਰਹਿ ਗਈ ਇਹਨਾਂ ਦੇ ਜਿਹੜੇ ਨਾ ਅਜ਼ੀਜ਼ ਸਨ ਇੱਕ ਹਜ਼ਾਰਾ ਸਿੰਘ ਕਰਤਾਰ ਸਿੰਘ ਅਤੇ ਇਹ ਬੜੇ ਜੰਗਜੂ ਅਤੇ ਬਹਾਦਰ ਸਨ ਸਾਡੇ ਪਿੰਡ 'ਚ ਉਸ ਵਕਤ 'ਚ ਹੈਂ ਜੰਗੀਰਾ ਕਰਤਾਰਾ ਇਹ ਸਿੱਖ ਸਨ ਇਹਨਾਂ ਕਰਮਚੰਦ ਦੀ ਭੈਣ ਜਿਹੜੀ ਹੈ ਨਾ ਉਹ ਇਹਨਾਂ ਵੱਲ ਸੀ ਸ਼ਾਦੀ ਸੀ ਅਤੇ ਉਹ ਬੜਾ ਜੰਗਜੂ ਅਤੇ ਬੜੇ ਸਨ ਉਹ ਫਿਰ ਪਾਰਟੀਸ਼ਨ ਜਦੋਂ ਹੋਈ ਅਤੇ ਮੁਸਲਮਾਨਾਂ ਦੇ ਵਿੱਚ ਜਿਹੜਾ ਨਾ ਉਹ ਇਹਨਾਂ ਦਾ ਤਾਇਆ ਬੜਾ ਦਲੇਰ ਸੀ ਦਾਦਾ ਇਹਦਾ ਕਰੀਮ ਪੱਟੀ ਜਿਹੜਾ ਨਾ ਉਹ ਤਾਂ ਉਹਨਾਂ ਦੀ ਪਾਰਟੀਸ਼ਨ ਤੋਂ ਪਹਿਲਾਂ ਵੀ ਇਹ ਦੋਵੇਂ ਤਾਕਤਵਰ ਸਨ ਹੁਣ ਸਿੱਖਾਂ 'ਚ ਉਹ ਸਨ ਤੇ ਇਹ ਪੱਟੀਆਂ 'ਚ ਇਹ ਸਨ ਮੈਨੂੰ ਇਹ ਦੱਸੋ ਵਾਲਿਆਂ ਦੀ ਤੇ ਪੱਟੀਆਂ ਦੀ ਜਿਹੜੀ ਲੜਾਈ ਸੀ ਝਗੜੇ ਦੀ ਬੁਨਿਆਦ ਸੀ ਜਿਹੜੀ ਸਵਾਮੀ ਰਾਮ ਤੀਰਥ ਦੀ ਕਿਤਾਬ ਹੈ ਉਹਦੇ ਵਿੱਚ ਉਹ ਤਾਰੀਖ ਦੱਸਦੀ ਹੈ ਕਿ ਸ਼ਫੀ ਮੁਗਲ ਨੇ ਆ ਕੇ ਆਬਾਦ ਕੀਤਾ ਇਹ ਹਿੰਦੂ ਜਿਹੜੇ ਨੇ ਉਹਨਾਂ ਛੁਪਾਈ ਕਿਉਂਕਿ ਉਹਨਾਂ ਦਾ ਮਜ਼ਹਬੀ ਰਾਜਮਾ ਸੀ ਸਵਾਮੀ ਰਾਮ ਤੀਰਥ ਜਿਹੜਾ ਸਾਡੇ ਪਿੰਡ ਪੈਦਾ ਹੋਇਆ ਸੀ ਲਾਹੌਰ ਯੂਨੀਵਰਸਿਟੀ ਉਹ ਪ੍ਰੋਫੈਸਰ ਸੀ ਲੈਕਚਰਾਰ ਸੀ ਅਲਾਮਾ ਇਕਬਾਲ ਦੇ ਦੌਰੇ 'ਚ ਉਦੋਂ ਅਲਾਮਾ ਇਕਬਾਲ ਵੀ ਉਹਦੇ ਨਾਲ ਉੱਥੇ ਨਾ ਪੜ੍ਹਾਉਂਦੇ ਸਨ ਮੁਰਾਲੀਵਾਲ ਦਾ ਸੀ ਅਲਾਮਾ ਇਕਬਾਲ ਦੀ ਕਿਤਾਬ ਬਾਂਗੇ ਦਰਾਜ 'ਚ ਉਹਦਾ ਜ਼ਿਕਰ ਹੈ ਬੜੇ ਮੁਤਾਸਰ ਸਨ ਉਹਦੇ ਤੋਂ ਅਤੇ ਉਹ ਜਿਹੜਾ ਨਾ ਉਹਦੀ ਵਜ੍ਹਾ ਤੋਂ ਕਿਤਾਬ ਹਿੰਦੂਆਂ ਨੇ ਛਾਇਆ ਕੀਤੀ ਇੰਦਰਾ ਗਾਂਧੀ ਨੇ ਉਹਦੀ ਨਕਾਬਸ਼ਾਹੀ ਕੀਤੀ ਅਤੇ ਉਹਦੇ 'ਚ ਦੱਸਦੇ ਨੇ ਕਿ ਸ਼ਫੀ ਮੁਗਲ ਆਬਾਦ ਕੀਤਾ ਅੱਜ ਤੋਂ 1665 ਤਕਰੀਬਨ ਇਹ ਪਿੰਡ ਇਹ ਆਬਾਦ ਜਿਸ ਵੇਲੇ ਹੋਇਆ ਅਤੇ ਅਕਸਰੀਅਤ ਭੱਟੀਆਂ ਦੀ ਸੀ ਮੁਰਾਲੀ ਭੱਟੀ ਦੇ ਨਾਂ 'ਤੇ ਇਹਦਾ ਨਾਂ ਰੱਖਿਆ ਗਿਆ ਮੁਰਾਲੀ ਭੱਟੀ ਭੱਟੀਆਂ ਦਾ ਜਿਹੜਾ ਇੱਕ ਬਜ਼ੁਰਗ ਸੀ ਉਹ ਇਹਨਾਂ ਦੀ ਕੋਈ ਉੱਥੇ ਢੇਰੀ ਸੀ ਜਿਵੇਂ ਮਤਲਬ ਸਾਡੇ ਪੀਰ ਹੁੰਦੇ ਨੇ ਉਹਨਾਂ ਦੀ ਢੇਰੀ ਉਹ ਇਹ ਦਸਤੂਰ ਸੀ ਕਿ ਨਵੀਂ ਨਵੇਲੀ ਦੁਲਹਨ ਜਿਹੜੀ ਆਵੇ ਉਹ ਉੱਥੇ ਕੋਈ ਉਹਨਾਂ ਨੂੰ ਨਜ਼ਰਾਨਾ ਦੇ ਕੇ ਅਤੇ ਫਿਰ ਘਰ ਜਾਏ ਤੋ ਦੱਸਦੇ ਨੇ ਕਿ ਸਾਡੀ ਬਜ਼ੁਰਗ ਜਿਹੜੇ ਨਾ ਉਹਨਾਂ ਦੀ ਸ਼ਾਦੀ ਹੋਈ ਅਤੇ ਉਹ ਜਿਹੜੀ ਆਈ ਦੁਲਹਨ ਉਹਨੂੰ ਉਹਨਾਂ ਆਖਿਆ ਕਿ ਉੱਥੇ ਹੋ ਕੇ ਆ ਦਰਬਾਰ ਤੋਂ ਕੋਈ ਨਜ਼ਰ ਨਿਆਜ਼ ਦੇ ਕੇ ਆ ਰਸਮ ਰਿਵਾਜ ਦੇ ਮੁਤਾਬਕ ਹੋ ਸਕਿਆ ਮੈਂ ਨਹੀਂ ਜਾਣਾ ਮੈਂ ਨਹੀਂ ਜਾਣਾ ਮੈਨੂੰ ਇਹ ਨਹੀਂ ਪਸੰਦ ਉਹ ਕੌਣ ਨੇ ਕਿ ਮੈਂ ਮਤਲਬ ਉੱਥੇ ਜਾਂ ਅਤੇ ਫਿਰ ਮੈਂ ਨਹੀਂ ਇਹ ਕਰਨਾ ਉਹ ਇੱਕ ਦਿਨ ਇੰਤਜ਼ਾਰ ਕਰਕੇ ਅਗਲੇ ਦਿਨ ਉਹਨੇ ਬੁਲਾਇਆ ਵਾਲਿਆਂ ਨੂੰ ਕਿ ਬਾਈ ਉਹ ਤੁਹਾਡੀ ਦੁਲਹਨ ਆਈ ਹੈ ਤੂੰ ਆਈ ਨਹੀਂ ਦਰਬਾਰ 'ਤੇ ਇੱਥੇ ਨਹੀਂ ਆਈ ਢੇਰੀ 'ਤੇ ਭੱਟੀਆਂ ਨੇ ਬੁਲਾਇਆ ਸਾਡਾ ਪੁਰਾਣਾ ਮਕਾਨ ਪਿੰਡ ਦੇ ਸੈਂਟਰ ਹੀ ਸੀ ਔਰ ਇਹ ਕਦੀ ਜ਼ਲਜ਼ਲੇ ਨਾਲ ਜਾਂ ਪਿੰਡ ਜੋ ਤਬਾਹ ਹੋਇਆ ਉਹਦੀ ਬੁਲੰਦੀ 'ਤੇ ਸਾਡਾ ਘਰ ਸੀ ਤਬਾਹ ਹੋ ਚੁੱਕਿਆ ਉਹ ਅਸਾਂ ਜਿਹੜਾ ਨਾ ਉਹ ਉੱਥੇ ਪਾਣੀ ਵਾਸਤੇ ਨਲਕਾ ਲਾਉਂਦੇ ਸਨ ਤੂੰ ਪਾਣੀ ਉੱਚਾਈ 'ਤੇ ਨਹੀਂ ਸੀ ਆਉਂਦਾ ਸਾਨੂੰ ਕਿਸੇ ਦੱਸਿਆ ਕਿ 20 ਫੁੱਟ ਖੂਹੀ ਕੱਢੋ ਉਹ ਖੂਹੀ ਅਸਾਂ ਕੱਢੀ ਨਲਕਾ ਲਾਉਣ ਵਾਸਤੇ ਉਹਦੇ ਵਿੱਚ ਪੁਰਾਣੇ ਜ਼ਮਾਨੇ ਦੇ ਬਰਤਨ ਇੱਕ ਤਖਤੀ ਜਿਹੜੀ ਨਾ ਉਹ ਮਿਲੀ ਜਿਹਦੇ 'ਤੇ ਹਿਸਟਰੀ ਲਿਖੀ ਸੀ ਪੂਰੇ ਗਾਓਂ ਦੀ ਉਹ ਮੈਂ ਤਾਂ ਉਰਦੂ ਫਾਰਸੀ ਜਾਣਦਾ ਸਾਂ ਅਤੇ ਇੰਗਲਿਸ਼ ਵੀ ਥੋੜ੍ਹੀ ਬਹੁਤੀ ਪੜ੍ਹ ਲੈਂਦਾ ਹਾਂ ਲੇਕਿਨ ਉਹ ਪਤਾ ਨਹੀਂ ਗੁਰਮੁਖੀ ਜਾਂ ਸੰਸਕ੍ਰਿਤ ਕਿਹੜੀ ਜ਼ਬਾਨ ਸੀ ਮੇਰੇ ਕੋਲ ਪੜ੍ਹੀ ਨਹੀਂ ਗਈ ਲੇਕਿਨ ਮੈਂ ਸੰਭਾਲ ਕੇ ਰੱਖੀ ਇੱਕ ਉਹ ਜਿਹੜਾ ਹਕੀਮਾਂ ਦੇ ਕੋਲ ਹੁੰਦਾ ਸੁਰਮਾ ਪੀਣ ਵਾਲਾ ਉਹ
ਤੇ ਉਹ ਇੱਕ ਉਹਦਾ ਚੱਟੂ ਬੰਬੈ ਚੱਟੂ ਉਹ ਤੁਹਾਡੇ ਕੋਲ ਹੈ ਮੌਜੂਦ ਇੱਕ ਸੇਲ ਮਿਰਚਾਂ ਪੀਣ ਵਾਲੀ ਅੱਛਾ ਅੱਛਾ ਫਿਰ ਇੱਕ ਬਰਤਨ ਦੇ ਵਿੱਚ ਛਾਣ ਨਿਕਲਿਆ ਕਿ ਜਿਵੇਂ ਅੱਧਾ ਗੇੜਾ ਪਹਿਲਾਂ ਜਿਹੜਾ ਛਾਣ ਕੱਢਿਆ ਆਟੇ 'ਚੋਂ ਤਾਜ਼ਾ ਉਹ ਹਵਾ ਨਾ ਉਹਨੂੰ ਲੱਗੀ ਤੂੰ ਤਾਜ਼ਾ ਫਰੈਸ਼ ਅਤੇ ਬਰਤਨ ਜਿਹੜੇ ਨੇ ਉਹ ਬੇਸ਼ੁਮਾਰ ਮਿੱਟੀ ਦੇ ਪਿਆਲੇ ਮਿੱਟੀ ਦੇ ਉਹ ਆਪਣਾ ਜਿਹੜਾ ਨਾ ਚਾਟੀਆਂ ਮਟਕੇ ਵਗੈਰਾ ਉਹ ਕਾਫੀ ਬਰਤਨ ਨਿਕਲੇ ਲੇਕਿਨ ਉਹ ਮਿੱਟੀ ਢੋਣ ਵਾਲਾ ਬੰਦਾ ਜਿਹੜਾ ਉਹਨੂੰ ਮੈਂ ਸੰਭਾਲ ਕੇ ਕਲਮਾਰੀ 'ਚ ਰੱਖ ਛੱਡੇ ਕਿ ਮੈਂ ਹੁਣ ਉਹ ਗਾਇਬ ਹੋ ਗਈਆਂ ਉਹ ਚੀਜ਼ਾਂ ਮਿਲੀਆਂ ਨੇ ਉਹਨਾਂ 'ਚ ਉਹਨਾਂ 'ਚ ਇੱਕ ਉਹ ਸੁਰਮਾ ਪੀਣ ਵਾਲਾ ਅਤੇ ਉਹ ਮਿਰਚਾਂ ਪੀਣ ਵਾਲਾ ਉਹ ਮੇਰੇ ਕੋਲ ਕਾਫੀ ਦੇਰ ਰਹੇ ਨੇ ਹੁਣ ਉਹ ਵੀ ਨਹੀਂ ਪਤਾ ਨਹੀਂ ਕਿੱਥੇ ਨੇ ਉਹਨਾਂ ਤੋਂ ਪਤਾ ਲੱਗ ਸਕਦਾ ਸੀ ਕਿ ਕਿੰਨੀ ਪੁਰਾਣੀ ਹੈ ਮਤਲਬ ਹਿਸਟਰੀ ਹੈ ਉਹੀ ਸਾਡੇ ਪਿੰਡ ਦਾ ਸੈਂਟਰ ਬਾਜ਼ਾਰ ਜਿਹੜਾ ਨਾ ਪੁਰਾਣਾ ਉਹਦੇ 'ਚ ਇੱਕ ਗਟਰ ਬਣਾਇਆ ਕਸ਼ਮੀਰੀਆਂ ਨੇ ਉਹਦੇ ਵਿੱਚ ਇੱਟਾਂ ਨਿਕਲੀਆਂ ਜਿਨ੍ਹਾਂ ਦਾ ਸਾਈਜ਼ ਤਕਰੀਬਨ 1.5 ਫੁੱਟ ਲੰਬੀ ਇੱਕ ਫੁੱਟ ਚੌੜੀ ਉਹ ਵੱਡੀਆਂ ਵੱਡੀਆਂ ਸਾਈਜ਼ ਦੀਆਂ ਇੱਟਾਂ ਨਿਕਲੀਆਂ ਪੱਕੀਆਂ ਇੱਟਾਂ ਉਹ ਅਜੇ ਵੀ ਉਹ ਉਹਦੇ ਇਰਦ ਗਿਰਦ ਉਹਨਾਂ ਲਾਈਆਂ ਨੇ ਕਾਫੀ 5-7 ਸਾਲ ਹੋ ਗਏ ਨੇ ਤੇ ਉਹ ਹਿਸਟਰੀ ਦੱਸਦੀ ਹੈ ਕਿ ਇਹ ਮਤਲਬ ਬਹੁਤ ਹੀ ਪੁਰਾਣਾ ਹਾਂਜੀ ਉਹ ਨਾ ਆਈ ਤੇ ਫਿਰ ਉਹਨਾਂ ਨਾਲ ਵਾਰਨਿੰਗ ਦਿੱਤੀ ਫਿਰ ਲੜਾਈ ਹੋਈ ਲੜਾਈ ਹੋਈ ਉਹਦੇ 'ਚ ਕੋਈ ਇਹ ਪੱਟੀ ਕਤਲ ਹੋ ਗਿਆ ਕੋਈ ਵਾਲੇ ਕਤਲ ਹੋ ਗਏ ਹਾਂ ਪੱਟੀਆਂ 'ਚ ਵੀ ਸਨ ਸਿੱਖ ਇਹ ਸਾਨੂੰ ਨਹੀਂ ਪਤਾ ਕਿ ਉਹ ਉਸ ਜ਼ਮਾਨੇ 'ਚੋਂ ਕੀ ਸੀ ਅੱਛਾ ਉਹ ਬਾਰਾ ਲੇਵਿਕ ਉੱਥੇ ਕਬਰਾਂ ਉਹਦੇ ਇਰਦ ਗਿਰਦ 2-4 ਕਬਰਾਂ ਵੀ ਹੈ ਸਨ ਸਾਡਾ ਇੱਕ ਜਿਹੜਾ ਨਾ ਬਜ਼ੁਰਗ ਉਹ ਮਿੱਟੀ ਪਾਉਂਦਾ ਸੀ ਪਿਆ ਤੂੰ ਉਹਨੂੰ ਕਿਲੇ ਮਿੱਟੀ ਨਾ ਮਿਲੀ ਤੂੰ ਉਹ ਨਾ ਜਿਹੜਾ ਬੁਲੰਦੀ 'ਤੇ ਜਿੱਥੇ ਸਾਡਾ ਘਰ ਸੀ ਉਹਦੇ ਇਰਦ ਗਿਰਦ ਨਾ ਕਾਫੀ ਉਹ ਸੀ ਨਾ ਪੇੜ ਉਹਨੂੰ ਆਉਂਦੇ ਨੇ ਜਿੱਥੇ ਕੋਈ ਪਿੰਡ ਆ ਬਾਹਰ ਗਰਕ ਹੋ ਜਾਵੇ ਉਹਨੂੰ ਉਹਨੂੰ ਪੇੜ ਆਉਂਦੇ ਨੇ ਪੇੜ ਉਹ ਪੇੜ ਤੋਂ ਨਾ ਹੋ ਸਕਿਆ ਉਹ ਮਿੱਟੀ ਉੱਥੋਂ ਥੋੜ੍ਹੀ ਜਿਹੀ ਲਾ ਲੈਂਦੇ ਆ ਉਹ ਪੇੜ ਤੋਂ ਮਿੱਟੀ ਖਰੀਦਣ ਲੱਗ ਪਿਆ ਅਤੇ ਇੱਕ ਬਹੁਤ ਬਹੁਤ ਨੌਜਵਾਨ ਜਿਹੜਾ ਨਾ ਉਹਦੀ ਲਾਸ਼ ਜਿਹੜੀ ਨਾ ਨਿਕਲ ਆਈ ਉਹਦੇ ਐਡੀ ਐਡੀ ਪਿੰਨੀਆਂ ਅਤੇ ਮੁੱਛਾਂ ਨੂੰ ਕੁੰਡਲ ਜਿਹੜੇ ਨਾ ਉਹ ਇਸ ਤਰ੍ਹਾਂ ਲੇਕਿਨ ਸਾਹ ਹੋ ਗਿਆ ਸੀ ਉਹ ਜਦੋਂ ਹੱਥ ਲਾਉਂਦੇ ਸਨ ਅਤੇ ਉਹ ਭੁਰਦਾ ਸੀ ਉਂਝ ਠੀਕ ਠਾਕ ਮਤਲਬ ਅਤੇ ਉਹ ਮੁੱਛਾਂ ਨੂੰ ਕੁੰਡਲ ਵੀ ਉਸ ਤਰ੍ਹਾਂ ਉਹ ਜਿਸਲੇ ਫਿਰ ਉਹਨੂੰ ਜਿਸਲੇ ਉਹਨਾਂ ਦਫਨਾਇਆ ਨਾ ਉਹਨੂੰ ਦੁਬਾਰਾ ਉਹ ਇੰਝ ਮਤਲਬ ਸਾਹ ਖਤਮ ਹੋ ਗਏ ਅਸੀਂ ਉਹਦਾ ਨਾ ਜਿਸਮ ਜਿਹੜਾ ਨਾ ਅਤੇ ਇਹ ਮੈਂ ਕਰੀਬ ਜਾ ਕੇ ਉਹਨੂੰ ਵੇਖਿਆ ਨਹੀਂ ਕਿਉਂਕਿ ਮੈਂ ਬੜਾ ਖੌਫ ਜ਼ਿਆਦਾ ਹੋ ਗਿਆ ਲੇਕਿਨ ਬੜਾ ਰਸ਼ ਪਏ ਆ ਕਿ ਇੱਥੋਂ ਨਿਕਲੇ ਨੇ ਪੁਰਾਣੇ ਜ਼ਮਾਨੇ ਦੇ ਮੁਰਦੇ ਉਹ ਪਤਾ ਨਹੀਂ ਉਹ ਕਬਰਸਤਾਨ ਇਹ ਪਿੰਡ ਦਾ ਕਬਰਸਤਾਨ ਸੀ ਜਾਂ ਉਹ ਮਖਸੂਸ ਢੇਰੀ ਜਿਹੜੀ ਹੈ ਜਾਂ ਜਿਹੜੇ ਉੱਥੇ ਕਤਲ ਹੋਏ ਵਾਲੇ ਅਤੇ ਆਪਣਾ ਭੱਟੀ ਉਹਨਾਂ ਦੀਆਂ ਸਨ ਇਹ ਫਿਰ ਗਾਲਬ ਜਿਹੜੇ ਨਾ ਵਾਲੇ ਗਾਲਬ ਆਏ ਅਤੇ ਫਿਰ ਵਾਲੇ ਜਿਹੜੇ ਨਾ ਮੁਰਾਲੀ ਮੁਰਾਲੀ ਵਾਲਾ ਫਿਰ ਨਾ ਹੋ ਗਿਆ ਨਹੀਂ ਜਗੀਰਾ ਕਰਤਾਰਾ ਪਿਆ 1947 ਚ ਉਹ ਫਿਰ ਮੁਰਾਲੀ ਵਾਲਾ ਜਿਹੜਾ ਨੇ ਇਹਦੇ ਨਾਂ ਤੇ ਪਹਿਲੇ ਭੱਟੀ ਮੁਰਾਲੀ ਭੱਟੀ ਮੁਰਾਲੀ ਵਾਲਾ ਹੋ ਗਿਆ ਫਿਰ ਮੁਰਾਲੀ ਵਾਲਾ ਜਿਹੜੇ ਅਕਸ਼ਦੀਆ ਸੀ ਵਾਲਿਆਂ ਦੀ ਜਿਹਦੇ 'ਚ ਇੱਕ ਨਹੀਂ ਇੱਥੇ ਰਹਿ ਜਿੰਨਾ ਚੋਂ ਐ ਬਾਕੀਆਤ ਫੈਸਲ ਭੱਟੀ ਕੈਸਰ ਭੱਟੀ ਅਰਸ਼ਦ ਭੱਟੀ ਮਮਦੇਨ ਭੱਟੀ ਦੇ ਆਲ ਔਲਾਦ ਜਿਹੜੀ ਅਨਵਰ ਭੱਟੀ ਅਜੇ ਹੈ ਅਤੇ ਵਾਲਾ ਬਰਾਦਰੀ 'ਚੋਂ ਜਿਹੜਾ ਨਾ ਮੈਂ ਤੁਹਾਡੇ ਸਾਹਮਣੇ ਬੈਠਾ ਬਜ਼ੁਰਗ ਜਿਹੜੇ ਨੇ ਅਬਾਈ ਚਾਰ ਭਾਈ ਸਨ ਅਨੈਤੁੱਲਾ ਨਵਾਬ ਗੁਲਾਮ ਮੁਹੰਮਦ ਅਬਦੁੱਲਾ ਉਹਨਾਂ ਦੀ ਆਲ ਔਲਾਦ ਸਾਡੇ ਇੱਥੇ 40-50 ਘਰ ਨੇ ਅਤੇ ਉਹ ਜਿਹੜੇ ਸਿੱਖੋ ਮੁਸਲਮਾਨ ਹੋਏ ਨੇ ਸਾਡੇ ਭਰਾ ਵਾਲੇ ਉਹਨਾਂ ਦੇ ਵੀ ਇੱਥੇ ਮਤਲਬ ਹੈ ਬੱਚੇ ਇਹ ਜ਼ਮੀਨਾਂ ਗੈਰ ਆਬਾਦ ਸਨ ਇਹ ਏਰੀਆ ਜਿਹੜਾ ਨਾ ਆਬਾਦ ਸੀ ਇਹ ਸ਼ਿਕਾਰਗਾਹ ਸੀ ਬਹੁਤ ਵੱਡੀ ਹਾਂਜੀ ਇੱਥੇ ਅੰਗਰੇਜ਼ ਆ ਕੇ ਮੁਰਗਾਬੀ ਦਾ ਸ਼ਿਕਾਰ ਹਰਨ ਦਾ ਸ਼ਿਕਾਰ ਕਰਦੇ ਸਨ ਉਹ ਟੈਂਟ ਲਾ ਕੇ ਸਾਡੇ ਵਾਲਾ ਸਾਹਿਬ ਆਉਂਦੇ ਨੇ ਕਿ ਅਸੀਂ ਡੰਗਰ ਚਾਰਦੇ ਹੁੰਦੇ ਸਾਂ ਅਤੇ ਉਹ ਸਾਨੂੰ ਅਨਸਨ ਕਿ ਤੁਹਾਨੂੰ ਇਨਾਮ ਦਿਆਂਗੇ ਅਤੇ ਪਕੜ ਕੇ ਲਿਆਓ ਮੁਰਗਾਬੀ ਉਹ ਉੜਦੀ ਮੁਰਗਾਬੀ ਨੂੰ ਸ਼ਿਕਾਰ ਕਰਦੇ ਸਨ ਉਹ ਅਸੀਂ ਫਿਰ ਬਾਜ਼ ਮੁਰਗਾਬੀਆਂ ਜਿਹੜੀਆਂ ਨਾ ਉਹ ਧਾਗੇ ਰੱਖੇ ਹੁੰਦੇ ਸਨ ਉਹ
ਔਰ ਸਰੂਟਾਂ ਨਾਲ ਬੰਨ੍ਹ ਕੇ ਕੁਝ ਉਹਨਾਂ ਨੂੰ ਲਿਆ ਦਿੰਦੇ ਸਨ ਅਤੇ ਕੁਝ ਅਸੀਂ ਆਪ ਪਕਾ ਕੇ ਆਉਂਦੇ ਸਨ ਜਦੋਂ ਉਹ ਗੋਰੇ ਚਲੇ ਜਾਂਦੇ ਸਨ ਅਤੇ ਗੋਰੇ ਸ਼ਿਕਾਰਗਾਹ ਸੀ ਮੁਗਲ ਜਿਹੜੇ ਨਾ ਉਹ ਵੀ ਆ ਕੇ ਇੱਥੇ ਮਤਲਬ ਖੇਡਦੇ ਨੇ ਸ਼ਿਕਾਰ ਅਕਬਰ ਬਾਦਸ਼ਾਹ ਦੇ ਵਕਤ 'ਚ ਇਹ ਸ਼੍ਰੀਦਾਸ ਦੀ ਉਹ ਕਿਤਾਬ ਜਿਹੜੀ ਹੈ ਨਾ ਉਹਦੇ 'ਚ ਅਤੇ ਇੱਥੇ ਭੱਟੀਆਂ ਨੇ ਇੱਕ ਮਸਜਿਦ ਬਣਾਈ ਸੀ ਅਜੇ ਵੀ ਹੈ ਇੱਥੇ ਜ਼ਿਕਰ ਹੈ ਕਿ ਉਹ ਅਕਬਰ ਪੱਟੀ ਅਕਬਰ ਅਤੇ ਉਹਦਾ ਜਿਹੜੇ ਨੇ ਜਦੋਂ ਸ਼ਿਕਾਰ ਖੇਡਦੇ ਸਨ ਇੱਥੇ ਨਮਾਜ਼ ਵੀ ਗਾਇਬ ਗਾਇਬ ਪੜ੍ਹਦੇ ਸਨ ਜਾਂ ਪੁਰਾਣੀ ਤਾਰੀਖੀ ਉਦੋਂ 300 ਕਿੰਨੇ ਮਕਾਨ 'ਤੇ ਮੁਸ਼ਤਮਿਲ ਸੀ ਸਾਡਾ ਪਿੰਡ ਜਿਹੜਾ ਯੂਨੀਅਨ ਕੌਂਸਲ ਦੇ ਦਫ਼ਤਰ ਰਿਕਾਰਡ ਹੈ ਨਾ ਪੁਰਾਣਾ 300 ਕਿੰਨੇ ਘਰ ਘਰਾਣੇ 40-50 ਦੁਕਾਨਾਂ ਇਹ ਦੱਸ ਦਿੰਦੇ ਕਿ ਬੜਾ ਵੱਡਾ ਸ਼ਾਪਿੰਗ ਸੈਂਟਰ ਹੁੰਦਾ ਸੀ ਰਿਓੜੀ ਬਾਜ਼ਾਰ ਇੱਥੇ ਰਿਓੜੀ ਬਣ ਕੇ ਪੂਰੇ ਪੰਜਾਬ ਵਿੱਚ ਜਾਂਦੀ ਸੀ ਇਸ ਪਿੰਡ ਦਾ ਖਰਬੂਜ਼ਾ ਪੂਰੇ ਪਾਕਿਸਤਾਨ ਵਿੱਚ ਮਸ਼ਹੂਰ ਸੀ ਇੱਥੋਂ ਦਾ ਖਰਬੂਜ਼ਾ ਬੜਾ ਮਿੱਠਾ ਸੀ ਇਹ ਦੋ ਚੀਜ਼ਾਂ ਇੱਥੋਂ ਦੀਆਂ ਮਸ਼ਹੂਰ ਸਨ ਰਿਓੜੀ ਅਤੇ ਖਰਬੂਜ਼ਾ ਇਹ ਗੁਰਦੁਆਰਾ ਮੜੀਆਂ ਭੇੜ ਜਿੱਥੇ ਉਹ ਸਾੜਦੇ ਸਨ ਉਹ ਸਾਰੀਆਂ ਕਾਫੀ ਸਨ ਦੋ ਤਿੰਨ ਜਿਹੜੇ ਨੇ ਉਹਨਾਂ ਦੇ ਮੰਦਰ ਸਨ ਦੋ ਤਿੰਨ ਗੁਰਦੁਆਰੇ ਹਿੰਦੂ ਵੀ ਹੈ ਸਨ ਗੁਰਦੁਆਰੇ ਸਨ ਮੜੀਆਂ ਸਨ ਉਹ ਜਿਹੜੀ ਕਿਤਾਬ ਦੇ ਵਿੱਚ ਪੂਰਾ ਜ਼ਿਕਰ ਹੈ ਔਰ ਉਹਨਾਂ ਦੇ ਨਿਸ਼ਾਨ 'ਤੇ ਹੁਣ ਕੋਈ ਨਹੀਂ ਰਹਿ ਗਿਆ ਉੱਥੇ ਨਵੇਂ ਮਕਾਨ ਬਣ ਗਏ ਨੇ ਅਤੇ ਸਵਾਮੀ ਰਾਮ ਤੀਰਥ ਦੀ ਜੈ ਪਦੈਸ਼ ਜਿਹੜੀ ਹੈ ਨਾ ਉਹ ਅੱਜ ਤੋਂ ਉਹ 20 ਸਾਲ ਪਹਿਲਾਂ ਤੀਕਰ 'ਤੇ ਉਹ ਹੈ ਸੀ ਉਹ ਜਿੱਥੇ ਉਹ ਖੂਹੀ ਹੁੰਦੀ ਸੀ ਆਬਾਦੀ ਦੇ ਵਿੱਚ ਉਹ ਸੀ ਹੁਣ ਉੱਥੇ ਗੁੱਜਰ 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 ਨੇ ਸਵਾਮੀ ਰਾਮ ਤੀਰਥ ਦਾ ਘਰ ਕੱਚਾ ਹੀ ਸੀ ਉਹਦੇ ਇਰਦ ਨਾਲ ਜਿਹੜੀ ਨਾ ਖੂਹੀ ਸੀ ਉਹ ਖੂਹੀ ਜਿਹੜੀ ਨਾ ਪੱਕੀ ਸੀ ਅਤੇ ਉਹਦਾ ਪੂਰਾ ਪਿੰਡ ਪਾਣੀ ਲੈਣ ਜਾਂਦਾ ਹੁੰਦਾ ਇਸਤੇਮਾਲ ਕਰਦਾ ਸੀ ਸਵਾਮੀ ਰਾਮ ਤੀਰਥ ਦੀ ਜ਼ਮੀਨ ਕੋਈ ਨਹੀਂ ਸੀ ਮੇਰਾ ਖਿਆਲ ਹੈ ਕਿ ਬੇਮਾਲਕ ਸਨ ਲੇਕਿਨ ਇਹ ਕਿ ਉਹ ਸਾਡਾ ਬਜ਼ੁਰਗ ਜਿਹੜਾ ਨਾ ਉਹ ਦੱਸਦਾ ਇੱਥੇ ਬਾਬਾ ਰਹੀਮ ਬਖਸ਼ ਨਹੀਂ ਬਾਬਾ ਰਹੀਮ ਬਖਸ਼ ਨੇ ਉਹ ਦੂਸਰਾ ਕਸ਼ਮੀਰੀ ਪਰਵੇਜ਼ ਭੱਟ ਦਾ ਦਾਦਾ ਬਾਬਾ ਮੇਹਰਦੀਨ ਕਸ਼ਮੀਰੀ ਉਹ 130 ਕੁ ਸਾਲ ਦੇ ਹੋ ਕੇ ਫੌਤ ਹੋਏ 130-135 ਸਾਲ ਦੇ ਹੋ ਕੇ ਫੌਤ ਹੋਏ ਉਹ ਆਉਂਦੇ ਹੁੰਦੇ ਸਨ ਕਿ ਬੇਟਾ ਇੱਕ ਮੁੰਡਾ ਬੜਾ ਪੜਾਕੂ ਜਿਹਾ ਸੀ ਸਵਾਮੀ ਰਾਮ ਤੀਰਥ ਦੇ ਮੁਤਾਲਕ ਅਤੇ ਸਾਡੇ ਖੂਹ 'ਤੇ ਨਾ ਉਹ 14-15 ਸਾਲ ਦਾ ਸੀ ਅਤੇ ਉਹ ਨਾ ਕਿਤਾਬ ਲੈ ਕੇ ਅਤੇ ਪੜ੍ਹਦਾ ਹੁੰਦਾ ਸੀ ਉਹ ਸੁਬਾਹ ਜਾਂਦਾ ਸੀ ਅਤੇ ਪਿਛਲੇ ਟਾਈਮ ਜਾਂਦਾ ਸੀ ਅਤੇ ਉਹ ਨਾ ਬੜਾ ਪੜ੍ਹਦੇ ਸਨ ਅਤੇ ਉਹ ਸਵਾਮੀ ਰਾਮ ਤੀਰਥ ਬੇਟਾ ਥੋੜ੍ਹੀ ਥੋੜ੍ਹੀ ਸੰਭਾਲ ਹੈ ਮੈਨੂੰ ਕਿ ਬੜਾ ਇੱਕ ਪੜਾਕੂ ਜਿਹਾ ਮੁੰਡਾ ਅਤੇ ਪੜ੍ਹਦਾ ਹੁੰਦਾ ਸੀ ਅਤੇ ਸਨ ਇਹ ਸਵਾਮੀ ਹੈ ਘੋਲ ਕਬੱਡੀ ਤੇ ਵੈਸੇ ਰਵਾਇਤੀ ਉਹ ਹੁੰਦੇ ਹੀ ਰਹਿੰਦੇ ਸਨ ਈਦ ਤੇ ਛੋਟੀ ਈਦ ਤੇ ਵੱਡੀ ਈਦ ਤੇ ਇਹੋ ਜਿਹੇ ਤਿਉਹਾਰ ਜਿਹੜੇ ਹੁੰਦੇ ਸਨ ਨਾ ਲੁੱਡੀ ਪੈਂਦੀ ਸੀ ਢੋਲ ਦੀ ਤਾਪ 'ਤੇ ਆਪਣਾ ਜਿਹੜਾ ਨਾ ਭੰਗੜਾ ਪੈਂਦਾ ਸੀ ਅਤੇ ਕਬੱਡੀ ਹੁੰਦੀ ਸੀ ਸਿੰਧ ਦੀ ਦੁੱਖ ਇਕੱਠੇ ਅਤੇ ਉਹ ਪਾਕਿਸਤਾਨ ਬਣਨ ਤੋਂ ਬਾਅਦ ਵੀ ਰਵਾਇਤ ਸੀ ਕਿ ਮੇਲੇ 'ਤੇ ਈਦ 'ਤੇ ਕਬੱਡੀ ਹੋਣੀ ਅਤੇ ਕੁਸ਼ਤੀਆਂ ਹੋਣੀਆਂ ਉਂਝ ਇੱਥੇ ਮੇਲਾ ਸਾਡੇ ਪਿੰਡ ਕੋਈ ਨਹੀਂ ਲੱਗਦਾ ਹੁਣ ਅੱਜ ਕੱਲ੍ਹ ਲੱਗਦਾ ਇੱਕ ਦਰਬਾਰ ਪੁਰਾਣਾ ਦੈਮ ਸ਼ਾਹ ਉਹਨੂੰ ਆਉਂਦੇ ਨੇ ਉਹ 'ਤੇ ਹੁਣ ਹੀ ਸ਼ੁਰੂ ਕਰਵਾਇਆ ਉਹ ਕਸ਼ਮੀਰੀ ਬਰਾਦਰੀ ਨੇ 10-12 ਸਾਲ ਤੋਂ ਅਤੇ ਪਹਿਲੇ ਇੰਡੀਆ ਤੋਂ ਪਹਿਲਾਂ ਤਾਂ ਮਹਿਲ ਨਹੀਂ ਸੀ ਲੱਗਦਾ ਇਹ ਨਹਿਰ ਦਾ ਪਾਣੀ ਸੀ ਨਹਿਰ ਦਾ ਪਾਣੀ ਸੀ ਅਸਾਂ ਉਹ ਸਾਰੀ ਸੈਰਾਬ ਨਹਿਰ ਤੋਂ ਹੁੰਦੀ ਸੀ ਇਹ ਨਹਿਰ ਅਪਰ ਚਨਾਬ ਜਿਹੜੀ ਇਹ ਅਪਰ ਚਨਾਬ ਹੀ ਨਾ ਇਹਦਾ ਨਾਮ ਅਪਰ ਚਨਾਬ ਇੱਥੋਂ ਸਰਾਬ ਹੁੰਦਾ ਸੀ ਇੱਥੋਂ ਖਾਲਾ ਸਾਡੇ ਪਿੰਡ ਦੇ ਸਾਰੇ ਰਕਬੇ 'ਚ ਆਉਂਦਾ ਸੀ ਇੱਕ ਵਾਰੀ ਅਸੀਂ ਪਰਾਲੀ ਲੈਣ ਗਏ ਪਰਾਲੀ ਸਮਝਦੇ ਹੋ ਕੀ ਹੁੰਦੀ ਹੈ ਹਾਂ ਫਸਲ ਦੀ ਉਹ ਪਰਾਲੀ ਇਹ ਸਾਡਾ ਇੱਕ ਖੂਹ ਹੈ ਇਹ ਨਾਲ ਰਕਬਾ ਸਾਡਾ ਰਕਬਾ ਜਿਹੜਾ ਨਾ ਇੱਥੋਂ 1 ਕਿਲੋਮੀਟਰ ਅੱਗੇ ਵੀ ਹੈ ਰਕਬਾ ਉਸ ਰਕਬੇ ਤੋਂ ਪਰਾਲੀ ਲੈਣ ਜਾਂਦੇ ਹੁੰਦੇ ਸਾਂ ਕਿਉਂਕਿ ਇੱਥੇ ਕਾਸ਼ਤ ਸਿਰਫ ਕਣਕ ਹੁੰਦੀ ਸੀ ਪਾਣੀ ਘੱਟ ਸੀ ਅਤੇ ਪਰਾਲੀ ਨਹੀਂ ਸੀ ਹੁੰਦੀ ਪਰਾਲੀ ਲੈਣ ਆਏ ਤਾਂ ਉਹ ਨਹਿਰ ਜਿਹੜੀ ਨਾ ਉਹਦੇ ਵਿੱਚੋਂ ਪੂਰੀ ਇੱਕ ਲਾਟ ਬੱਛੀਆਂ ਦੀ ਉਹ ਛੋਟਾ ਖਾਲਾ ਜਿਹੜਾ ਨਾ ਉਹਦੇ ਵਿੱਚ ਆ ਗਏ
ਉਹ ਅਸੀਂ ਜਾ ਉਹਦੇ ਉੱਤੇ ਪਗਡੰਡੀ ਜਿਹੜੀ ਹੈ ਨਾ ਖਾਲੇ ਦੀ ਉਹਦੇ ਅੱਗੇ ਸਾਡੀ ਜ਼ਮੀਨ ਹੈ। ਉਹ ਜਦੋਂ ਸਾਡੇ ਜਾਂਦੇ ਸਾਂ ਤਾਂ ਮੈਂ ਉਦੋਂ ਮੇਰੀ 14 ਸਾਲ ਉਮਰ ਸੀ, 12 ਸਾਲ ਮੈਨੂੰ ਯਾਦ ਦੇਖ ਕੇ ਉਹ ਮੱਛੀ ਉਹਦੇ ਖਾਲ ਦੇ ਵਿੱਚ ਪਾਣੀ ਥੋੜ੍ਹਾ ਥੋੜ੍ਹਾ ਅਤੇ ਬੜੀ ਜਿਹੀ ਮੱਛੀ। ਅਸੀਂ ਫਿਰ ਪਰਾਲੀ ਨਾ ਆਉਂਦੀ ਉਹ ਹੀ ਜਿਹੜੇ ਕੱਪੜੇ ਸਨ ਉਹ ਮੱਛੀ ਬਣ ਕੇ ਲਿਆਉਂਦੀ ਅਤੇ ਉਹ ਖਾਲੇ ਦਾ ਪਾਣੀ ਬਾਵਕਾਤ ਅਸੀਂ ਪਾਣੀ ਇਰਦ ਗਿਰਦ ਖੂਹ ਨਹੀਂ ਸਨ ਹੁੰਦੇ, ਉਹ ਲੰਮਿਆ ਪੈ ਕੇ ਅਤੇ ਉਹ ਕੱਖ ਹਟਾ ਕੇ ਅਤੇ ਉਹ ਪਾਣੀ ਲੰਮਿਆ ਪੈ ਕੇ ਪੀ ਲੈਣਾ, ਖਾਲ ਦਾ ਤਾਜ਼ਾ ਫਰੈਸ਼ ਪਾਣੀ ਠੰਡਾ ਉਹ ਹੀ ਪੀ ਲੈਣਾ। ਕਦੀ ਜਰਾਸੀਮ ਮਸਲੇ 'ਚ ਕੀਤਾ ਚੱਲਦਾ ਪਾਣੀ ਸੂਰਜ ਦੀਆਂ ਛੁਆਵਾਂ ਨਾਲ ਜਰਾਸੀਮ ਖਤਮ ਹੋ ਜਾਂਦੇ ਨੇ, ਆਪ ਇਹ ਹੀ ਪੀਂਦੇ ਰਹੇ ਹਾਂ। ਪਾਕਿਸਤਾਨ ਜੋ ਬਣਿਆ ਨਾ ਜੀ ਉਦੋਂ ਅਸਲ 'ਚ ਜਿਹੜੇ ਤੇ ਸਨ ਬੰਦੇ ਬਰਾਦਰੀ ਦੇ ਮਤਲਬ ਮੋਤਬੇਰ, ਉਹਨਾਂ ਇਹ ਨਹੀਂ ਕੰਮ ਕੀਤਾ। ਛੋਟੀਆਂ ਬਰਾਦਰੀਆਂ ਜਿਹੜੀਆਂ ਨਾ ਜੀ ਉਹਨਾਂ ਲੁੱਟਮਾਰ ਕਰਨ ਵਾਸਤੇ ਜਾਂ ਪੁਰਾਣਾ ਗਰਜ ਕਿਸੇ ਨੌਕਰ ਰੱਖੇ ਹੈ ਈਸਾਈ ਨੂੰ ਅਤੇ ਉਸ ਕਿਸੇ ਸਟੇਜ 'ਤੇ ਤੰਗ ਕੀਤਾ ਵਗੈਰਾ ਕੰਮ ਨਹੀਂ ਉਹ ਤੋਂ ਕੀਤਾ। ਇੰਜ ਦੇ ਲੋਕ ਜਿਹੜੇ ਨੇ ਫਿਰ ਉਹਨਾਂ ਆਪਣੀਆਂ ਚੌਧਰਾਣੀਆਂ ਜਿਹਨਾਂ ਕੋਲ ਦੁੱਧ ਦਹੀਆਂ ਅਤੇ ਮੱਖਣ ਖਾਂਦੇ ਸਨ ਅਤੇ ਉਹਨਾਂ ਦਾ ਕੰਮ ਕਰਦੇ ਸਨ, ਦੁੱਧ ਲਿਆ ਕੇ ਦਿੰਦੇ ਸਨ, ਉਹਨਾਂ ਦੀ ਬੇਹੁਰਮਤੀ ਉਹਨਾਂ ਦੇ ਬੰਦਿਆਂ ਨੂੰ ਮਾਰਿਆ ਕਤਲ ਕੀਤਾ। ਖਾਨਦਾਨੀ ਕਿਸੇ ਬੰਦਾ ਜਿਹੜਾ ਨਾ ਬੜੇ ਕਤਲ ਹੋਏ ਸਾਡੇ ਮਾਰਨ ਵਾਲਾ ਬੰਦਾ ਜਿਹੜਾ ਨਾ ਉਹ ਤੇ ਇੱਕ ਮੁਸਲਮਾਨਾਂ 'ਚ ਜਿਹੜਾ ਨਾ ਉਹ ਇੱਕ ਬਣਾਈ ਸੀ ਨਾ ਕਮੇਟੀ, ਕੁਝ ਕਮੇਟੀ ਚੰਦ ਬੰਦਿਆਂ ਦੀ ਬਣਾਈ ਸੀ ਕਿ ਤੁਸੀਂ ਮਾਲੇ ਗਨੀਮਤ ਇਕੱਠਾ ਕਰਨਾ ਜਿਹੜੇ ਛੱਡ ਕੇ ਜਾਂਦੇ ਨਾ ਪੈ ਸਿੱਖ ਹਿੰਦੂ ਉਹਨਾਂ ਦੀ ਜਿਹੜੀ ਮਗਰ ਛੱਡ ਕੇ ਜਾਂਦੇ ਨੇ ਘਰਾਂ 'ਚ ਸੋਨਾ ਜ਼ੇਵਰ ਜੇ ਵੋ ਉਹ ਇਕੱਠਾ ਕਰਕੇ ਤੁਹਾਨੂੰ ਦੇਣਾ। ਉਹ ਇੱਕ ਕਮੇਟੀ ਬਣੀ ਸੀ ਉਹਦੇ 'ਚ ਚੰਦ ਮੈਂਬਰ ਸਨ ਅਤੇ ਇੱਕ ਉਹਦੇ ਇੱਕ ਦੋ ਸਰਪ੍ਰਸਤ ਬਣਾਏ ਸਨ ਜਿਹੜੇ ਕਿ ਲੁੱਟਮਾਰ ਕਰਕੇ ਸੋਨਾ ਜ਼ੇਵਰ ਵਗੈਰਾ ਉੱਥੇ ਜਮ੍ਹਾਂ ਕਰਾ ਦਿੰਦੇ ਸਨ ਅਤੇ ਉਹਦੇ 'ਚ ਇਹ ਜਿਹੜੇ ਬੰਦੇ ਸ਼ਾਹਜ਼ੋਰ ਕਿਸਮ ਦੇ ਸਿਹਤਮੰਦ ਬੰਦੇ ਉਹਦੇ ਮੈਂਬਰ ਕਿ ਤੁਸੀਂ ਮਤਲਬ ਨਿਗਰਾਨੀ ਕਰਨੀ ਹੈ, ਫਿਰ ਗੱਲਾਂ ਜਿਹੜਾ ਮਹਾਜਰੀਨ ਆਏ ਨੇ ਉਹਨਾਂ ਵਾਸਤੇ ਗੱਲਾਂ ਇਕੱਠਾ ਕਰਕੇ ਦਿਓ ਉਹਨਾਂ ਨੂੰ ਗੰਦਮ ਵਗੈਰਾ। ਉਹ ਇੱਕ ਕਮੇਟੀ ਬਣੀ ਸੀ, ਬਜ਼ੁਰਗ ਦੱਸਦੇ ਨੇ ਕਿ ਉਹ ਫਿਰ ਉਹਦੇ ਕਮੇਟੀ ਵਾਲਿਆਂ ਬੰਦਿਆਂ ਨੇ ਕੀਤਾ ਫਰਦਨ ਜਿਹੜਾ ਨਾ ਜਿਵੇਂ ਕਿਸੇ ਦਾ ਗਰਜ ਸੀ ਕਿਸੇ ਨੂੰ, ਇਹ ਛੋਟੀਆਂ ਕੌਮਾਂ ਛੋਟੀਆਂ ਬਰਾਦਰੀਆਂ ਜਿਹਨਾਂ ਨੂੰ ਕੋਈ ਖੁੰਦਕ ਸੀ ਉਹਨਾਂ ਮਾਰਿਆ ਉਹਨਾਂ ਨੂੰ। ਕੀ ਨਾਮ ਦੱਸਦੇ ਪਏ ਜਿਹੜੇ ਸਿੱਖ ਮਰੇ ਸਨ? ਜਗੀਰਾ ਕਰਤਾਰਾ ਅਤੇ ਇਹ ਜਿਹੜਾ ਕਰਮਚੰਦ ਦਾ ਜਿਹੜਾ ਦਾਦੇ ਦਾ ਭਰਾ ਸੀ ਜਿਹੜਾ ਇੱਥੇ ਚੋਰੀ ਸੀ ਆਪਣਾ ਕੀ ਨਾਮ ਸੀ, ਸੰਤ ਸਿੰਘ ਸੰਤ ਸਿੰਘ ਸਾਡੇ ਪਿੰਡ ਦਾ ਸਭ ਨੂੰ ਵੱਡਾ ਮਾਲਕ ਸੀ ਸਿੱਖਾਂ ਦਾ ਚੋਰੀ ਸੰਤ ਸਿੰਘ, ਉਹ ਕਤਲ ਕਰਤੋ ਨੇ ਬੜਾ ਸਫੈਦ ਪੋਸ਼ ਬੰਦਾ ਅਤੇ ਬੜਾ ਇਹ ਨਾਲ ਖੁਸ਼ੀ ਬਾਜਵਾ ਜਿਹੜਾ ਨਾ ਉਸ ਅਤੇ ਇਹਦਾ ਦਾਦਾ ਜਿਹੜਾ ਨੇ ਨਾ ਉਹਨੂੰ ਮਾਰਿਆ ਕਤਲੇਆਮ ਹੋਇਆ ਨਾ ਤੇ ਉੱਥੋਂ ਜਿਹੜੇ ਮਾਜਰੀਨ ਨੇ ਉਹ ਆ ਕੇ ਦੱਸਦੇ ਸਨ ਕਿ ਉੱਥੇ ਜੀ ਇਹ ਹੋਇਆ, ਇੱਕ ਪੂਰੀ ਮੁਸਲਮਾਨ ਦੀ ਗੱਡੀ ਆਈ ਟ੍ਰੇਨ ਉਹ ਜਿਹੜੀ ਉਹ ਇੱਥੇ ਕਤਲ ਹੋ ਗਿਆ ਉਹਨਾਂ ਵੜ ਛੱਡੀ ਉੱਥੇ ਉਹ ਫਿਰ ਇੱਥੇ ਜਿਹੜਾ ਨਾ ਇਹ ਲੋਕ ਜਿਹੜੇ ਛੋਟੀਆਂ ਬਰਾਦਰੀਆਂ ਨੇ ਉਹ ਲੱਗ ਪਏ ਕਤਲੇਆਮ ਕਰਨ ਦਾ ਨਹੀਂ ਅਜੇ ਨਿਕਲਣ ਦਿੱਤਾ ਨਹੀਂ ਸੀ, ਮਤਲਬ ਉਹ ਇਹ ਵੇ ਕੋਈ ਲੁੱਕ ਛੁੱਪ ਕੇ ਨਿਕਲ ਗਏ ਕੋਈ ਕਾਬੂ ਆ ਗਿਆ ਤਾਂ ਉਹਨਾਂ ਨੂੰ ਮਾਰ ਛੱਡਿਆ, ਫਿਰ ਇਹ ਵੇ ਕਿਸੇ ਨੂੰ ਆਓ ਜੀ ਤੁਹਾਨੂੰ ਕੈਂਪੇ ਛੱਡ ਦੇਗੀ, ਕੈਂਪ ਬਣੇ ਸਨ ਕਿ ਬਾਹਫਾਜ਼ਤ ਪਹੁੰਚ ਜਾਣ ਗੌਰਮੈਂਟ ਦੀ ਨਿਗਰਾਨੀ 'ਚ, ਆਓ ਤੁਹਾਨੂੰ ਕੈਂਪੇ ਛੱਡ ਆਈਏ। ਉਹ ਸੁਣਿਆ ਕਿ ਉਹਨਾਂ ਨੂੰ ਫਿਰ ਇੱਕ ਲਾਈਨ 'ਚ ਖੜਿਆ ਕਰਕੇ ਅਤੇ ਫੈਰ ਮਾਰਤਾ, ਔਰਤਾਂ ਨੂੰ ਮਾਰ ਦਿੱਤਾ। ਜ਼ੁਲਮ ਮੁਸਲਮਾਨਾਂ ਵੀ ਕੀਤਾ ਤੇ ਉਹਨਾਂ ਵੀ ਕੀਤਾ ਉੱਧਰ, ਬਿਲਕੁਲ ਮੁਸਲਮਾਨ ਜਿਹੜੇ ਨੇ ਉਹਨਾਂ ਦਾ ਇੱਕ ਥਾਂ ਰਹਿੰਦੇ ਸਨ। ਮੈਂ ਅਕਸਰ ਜਿੰਨੇ ਵੀ ਇੰਟਰਵਿਊ ਕੀਤੇ ਉਹਨਾਂ ਵਿੱਚ ਆਹੀ ਬਜ਼ੁਰਗਾਂ ਨੇ ਦੱਸਿਆ ਕਿ ਅਸੀਂ ਉਹਨਾਂ ਨੂੰ ਖੁਦ ਛੱਡ ਕੇ ਆਏ ਸੀ। ਨਹੀਂ ਬੜੀ ਪਹਿਲਾਂ ਪਿੰਡ ਮੈਂ ਸੁਣਿਆ ਵਰਤੋਂ ਨਹੀਂ ਇਹਨਾਂ ਦੀ ਵਰਤੋਂ ਸੀ ਆਪਸ ਵਿੱਚ, ਮਤਲਬ ਇਹ ਵਿਆਹ ਸ਼ਾਦੀ 'ਤੇ ਇੱਕ ਦੂਜੇ ਨੂੰ ਬੁਲਾਉਣਾ, ਲੇਕਿਨ ਇਹ ਮਾਲੂਮ ਇਹ ਹੁੰਦਾ ਕਿ ਜਿੰਨੇ
ਛੋਟੇ ਲੋਕ ਸਨ, ਛੋਟੀਆਂ ਬਰਾਦਰੀਆਂ, ਉਹਨਾਂ ਲੁੱਟਮਾਰ ਕੀਤੀ, ਪੁਰਾਣਾ ਗ੍ਰਜ ਜਿਹੜਾ ਨਿਕਲ ਚੋਰੀ ਕਿਸੇ ਨੇ ਡਾਂਟਿਆ ਕੰਮ ਤੋਂ, ਈਸਾਈ ਬਦਲੇ ਲਏ, ਈਸਾਈ ਜਿਹੜੇ ਨੇ ਉਹਨਾਂ ਆਪਣਾ ਜਿਹੜਾ ਮਾਲਕ ਹੈ ਉਹਨੂੰ ਮਗਰ ਲੱਗ ਕੇ ਮਾਰ ਛੱਡਿਆ। ਅਲਾਟਮੈਂਟ ਜਿਹੜੀ ਹੋਣੀ ਸੀ ਇਹਨਾਂ ਦੇ ਨਾਲ ਉਹ ਕਰਵਾਈ ਸਭ ਕੁਝ ਇਹਨਾਂ ਦੀ, ਮਤਲਬ ਨਹੀਂ ਉਹ ਮੁਸਲਮਾਨਾਂ ਚ ਇਹਨਾਂ ਦੀਆਂ, ਲੇਕਿਨ ਉਹ ਹੀ ਜਿਹੜੇ ਮੁਸਲਮਾਨ ਹੋਏ ਨੇ ਅਜੇ ਵੀ ਟ੍ਰੈਂਡ ਇਹ ਹੀ ਹੈ ਕਿ ਜਿਹੜੀ ਪੰਜ ਛੇ ਨਾ ਕੀਤੀਆਂ ਨਾ ਚੰਦ ਇਹ ਕੀਤੀਆਂ ਨੇ ਜਿਹੜਾ ਪਿਓਰ ਮੁਸਲਮਾਨ, ਬਾਕੀ ਉਹ ਜਿਹੜੇ ਹੋਏ ਨੇ ਨਾ ਸੰਨ 47 ਸਿੱਖੋ ਮੁਸਲਮਾਨ ਉਹਨਾਂ ਲਈ, ਔਰ ਇਹਨਾਂ ਦੇ ਕੋਈ ਤਕਰੀਬਨ ਰਸਮੋ ਰਿਵਾਜ ਅਜੇ ਤਿਕਰ ਇਹ ਸੀ ਕਿ ਇਹਨਾਂ ਦੇ ਬਜ਼ੁਰਗ ਗੋਸ਼ਤ ਨਹੀਂ ਸਨ ਖਾਂਦੇ, ਗਾਂ ਦਾ ਮਾਈ ਦਾ ਨਹੀਂ ਖਾਂਦੇ ਰਹੇ, ਹਾਂ ਜ਼ੇਨ ਹੋਈ ਸੀ। ਹੁਣ ਬੱਚੇ ਨਮਾਜ਼ ਲੱਗ ਪੈਣੇ ਪੜ੍ਹਨ, ਬੁਜ਼ੁਰਗ ਨਹੀਂ ਸਨ ਪੜ੍ਹਦੇ, ਉਹ ਨਾ ਦੇ ਮੁਸਲਮਾਨ ਸਨ, ਬੱਚੇ ਹੁਣ ਜਿਹੜੇ ਨੇ ਫੁੱਲ ਮੁਸਲਮਾਨ ਅਤੇ ਸਹੀ ਪੜ੍ਹਨ ਲੱਗ ਪੈਣੇ। ਸਰਦਾਰ ਗੋਬਿੰਦਰ ਸਿੰਘ ਮਾਨ ਅਤੇ ਜਗੀਰ ਸਿੰਘ ਮਾਨ ਇਹ ਨਾਲ ਕੋਟ ਸ਼ੇਰਾ ਪਿੰਡ ਹੈ, ਇੱਥੇ ਉਹਦੀ ਰਿਹਾਇਸ਼ ਸੀ ਅਤੇ ਉਹ ਇਸ ਇਲਾਕੇ ਦਾ ਸਰਦਾਰ ਸੀ, ਮਤਲਬ ਉਹਨੂੰ ਆਉਂਦੇ ਨੇ ਕਿ 6 ਮਹੀਨੇ ਸਜ਼ਾ ਦਾ ਇਖਤਿਆਰ ਸੀ, ਮੰਗਲ ਸਿੰਘ ਸਰਦਾਰ ਮੰਗਲ ਸਿੰਘ। ਅੱਛਾ ਮੰਗਲ ਸਿੰਘ ਜਿਹੜਾ ਨਾ ਮਾਨ ਸੀ ਆਜ਼ਾਦ ਦਾ, ਹਾਂ ਅਤੇ ਉਹ ਮੰਗਲ ਸਿੰਘ ਜਿਹੜਾ ਨਾ ਉਹਦੇ ਘਰ ਜਦੋਂ ਗਿਆ, ਹਾਲਾਂ ਉਹ ਇੰਡੀਆ ਦੇ ਵਿੱਚ ਵੀ ਕੋਈ ਸਰਦਾਰ ਸੀ ਜਿਹੜਾ ਇੱਕ ਸੂਬੇ ਦਾ ਪਟਿਆਲੇ ਦਾ ਹੁਕਮਰਾਨ ਸੀ, ਉਹਦੇ ਨਾਲ ਰਿਸ਼ਤੇਦਾਰ ਹੀ ਸੀ। ਉਹ ਜਦੋਂ ਗਿਆ ਨਾ ਜੀ ਉਦੋਂ ਉਹਦੇ ਘਰ ਦੀ ਲੁੱਟਮਾਰ ਕਰਕੇ ਹੁਣ ਤੱਕ ਇਹ ਡੇਰੇ ਮੰਗਲ ਵਾਲੇ ਸਾਡੇ ਜ਼ਮੀਨ ਬਣਦੇ ਨੇ ਠੇਕੇਦਾਰ ਇਸਮਾਇਲ, ਉਹਨਾਂ ਦੇ ਘਰ ਉਹ ਰਾਣੀਆਂ ਜਿਹੜੀਆਂ ਨਾ ਉਹਨਾਂ ਦੀ ਦੁੱਧ ਰਿੜਕਣ ਵਾਲੀ ਚਾਟੀ ਅਤੇ ਮਧਾਣੀ ਅਜੇ ਤੱਕ ਹੈ ਸੀ। ਇਹ ਡੇਰਾ ਮੰਗਲ ਵਾਲਾ ਸਾਡੇ ਮੁਰਾਲੀਵਾਲ ਦਾ ਰਕਬਾ ਹੈ, ਆ ਸਾਡੇ ਰਕਬੇ 'ਚ ਆਬਾਦ ਨੇ, ਅਤੇ ਉਹ ਮੈਨੂੰ ਉਹਨਾਂ ਵਿਖਾਈ ਕਿ ਆ ਉਹਨਾਂ ਆਖਿਆ ਜੀ ਉਹ ਕੋਠੀ ਜਿਹੜੀ ਨਾ ਬਹੁਤ ਵੱਡੀ ਕੋਠੀ ਸੀ ਸ਼ੇਰੇ ਸ਼ੇਰੇ ਦੇ ਕੋਟ, ਅਤੇ ਸਾਨੂੰ ਆ ਕੁਝ ਹੀ ਮਿਲਿਆ ਸੀ, ਅਸੀਂ ਗਏ ਸਾਂ ਕਿ ਉੱਥੇ ਲੁੱਟ ਦੇਣੇ ਪਏ ਲੋਕ, ਅਤੇ ਸਾਨੂੰ ਜੀ ਆ ਹੀ ਮਿਲਿਆ ਚਾਟੀ ਮਦਾਣੀ ਅਤੇ ਉਹ ਆ, ਅਤੇ ਉਹ ਅਜੇ ਤੱਕ ਉਹਨਾਂ ਦੇ ਘਰ ਸੀ। ਜਦੋਂ ਤੁਹਾਡੇ ਪਿੰਡੋਂ ਗਏ ਨੇ ਸਿੱਖ ਅਤੇ ਇਹਨਾਂ ਦਾ ਸਮਾਨ ਫਿਰ ਜਦੋਂ ਕਮੇਟੀ ਬਣੀ ਸੀ ਉਹਨਾਂ ਨੇ ਲੁੱਟਿਆ, ਉਹਨਾਂ ਲੁੱਟਿਆ ਅਤੇ ਆਪਣਾ ਜਿਹੜਾ ਕੀਮਤੀ ਸਮਾਨ, ਬਾਕੀ ਜਿਹੜਾ ਉਹ ਇਸ ਤਰ੍ਹਾਂ ਜਿਹੜੇ ਮੁਸਲਮਾਨ ਆਏ ਉਹਨਾਂ ਨੂੰ ਤਕਸੀਮ ਕੀਤਾ, ਜਿਹੜਾ ਅੱਛਾ ਸਮਾਨ ਕੀਮਤੀ ਸੀ ਜ਼ੇਵਰ ਯੇ ਵੋ ਉਹ ਜਿਹੜੀ ਕਮੇਟੀ ਸੀ ਉਹ ਵੀ ਖਾ ਖੂ ਗਈ। ਅੱਛਾ ਜਿਹੜੇ ਇੱਥੇ ਮੁਸਲਮਾਨ ਆਏ ਉੱਧਰੋਂ, ਹਾਂ ਉਹਨਾਂ ਨਾਲ ਕੀ ਸਲੂਕ ਹੋਇਆ? ਅੱਛਾ ਸਲੂਕ ਕੀਤਾ ਉਹਦੇ, ਬੜਾ ਮਤਲਬ ਕਮੇਟੀਆਂ ਬਣੀਆਂ ਉਹਨਾਂ ਦੇ ਅਨਾਜ ਦਾ ਬੰਦੋਬਸਤ, ਉਹਨਾਂ ਦੀ ਅਲਾਟਮੈਂਟ ਸਾਰਾ ਜਿਹੜਾ ਨਾ ਉਹਨਾਂ ਦੀ ਮਦਦ ਕੀਤੀ, ਲੋਕਾਂ ਮਕਾਨ ਜਿਹੜੇ ਨੇ ਉਹਨਾਂ ਨੂੰ ਮਕਾਨ ਤਕਸੀਮ ਕੀਤੇ, ਇਹਦੇ 'ਚ ਤੂੰ ਹੋ ਜਾ ਇਹਦੇ 'ਚ ਤੂੰ ਹੋ ਜਾ, ਅਤੇ ਉਹ ਉਹਨਾਂ ਨੂੰ ਤਾਂ ਕੋਈ ਬਾਤ ਤਕਲੀਫ ਨਹੀਂ ਹੋਈ। ਅੱਛਾ ਜ਼ਮੀਨਾਂ ਮਿਲੀਆਂ ਉਹਨਾਂ ਨੂੰ? ਜ਼ਮੀਨਾਂ ਮਿਲੀਆਂ ਉਹ ਯੂਨਿਟਾਂ ਦੇ ਹਿਸਾਬ ਨਾਲ। ਕਿੰਨੀ ਕੁ ਜ਼ਮੀਨ ਸੀ ਉਸ ਵੇਲੇ? 4-5 ਹਜ਼ਾਰ ਏਕੜ। 4-5 ਹਜ਼ਾਰ ਏਕੜ, ਹਾਂ। ਇਹ ਜ਼ਿਲ੍ਹੇ ਗੁਜਰਾਂਵਾਲ ਦਾ ਸਭ ਨੂੰ ਵੱਡਾ ਪਿੰਡ ਹੈ, ਸਭ ਨੂੰ ਵੱਡਾ ਪਿੰਡ, ਹਾਂ। ਗੁਜਰਾਂਵਾਲਾ ਜਿਹੜਾ ਜ਼ਿਲ੍ਹਾ ਉਹਦਾ ਅਰੂਪ ਮੁਰਾਲੀਵਾਲਾ ਇਹ ਪਪਨਾਖਾ ਇਹ ਸਭ ਨੂੰ ਵੱਡੇ ਪਿੰਡ ਨੇ, ਸਭ ਨੂੰ ਵੱਡੇ ਪਿੰਡ ਨੇ। ਜੱਟਾਂ ਦੇ ਪਿੰਡ ਸਨ ਸਿੱਖਾਂ ਦੇ? ਤਕਰੀਬਨ 1947 ਤੋਂ ਪਹਿਲਾਂ ਸਾਰੇ ਜੱਟ ਸਨ, ਅਕਸਰੀਅਤ ਜੱਟਾਂ ਦੀ ਸੀ, ਹੁਣ ਅਕਲੀਅਤ ਏ ਚਾਂ ਸੀ ਇੱਥੇ। ਅੱਛਾ 47 ਤੋਂ ਬਾਅਦ ਤੁਹਾਡੇ ਪਿੰਡ ਦਾ ਕੋਈ ਬੰਦਾ ਮੁੜ ਕੇ ਆਇਆ ਉਧਰੋਂ? ਆ ਆਉਂਦੇ ਨੇ, ਮਿਲਦੇ ਰਹੇ ਨੇ। ਕਿਹੜਾ ਆਇਆ? ਬਲਕਾਰ ਸਿੰਘ ਆਇਆ, ਚਾਚਾ ਬਲਕਾਰ ਸਿੰਘ ਆਇਆ। ਅੱਛਾ। ਤੇ ਨਾਲ ਉਹਦੇ ਉੱਥੋਂ ਦਿੱਲੀ ਦਾ ਇੱਕ ਪਹਿਲਵਾਨ ਸੀ, ਪਹਿਲਵਾਨ ਸੀ ਦਿੱਲੀ ਦਾ। ਅੱਛਾ। ਤੇ ਉਹ ਮੈਂ ਉਹਨੂੰ ਬੁਲਾਇਆ। ਅੱਛਾ। ਮੈਂ ਉਹ ਗੱਲਾਂ ਸੁਣੀਆਂ ਸਨ ਨਾ ਆਪਣੇ ਬਜ਼ੁਰਗਾਂ ਕੋਲੋਂ। ਅੱਛਾ। ਮੈਂ ਕਿਹਾ ਚਾਚਾ ਸਾਡੇ ਕੋਲ ਤੋਂ ਆਉਣਾ ਚਾਹ ਪਾਣੀ ਪੀਣਾ, ਲੱਸੀ ਪਾਣੀ, ਉਹ ਸ਼ਾਇਦ ਸਾਡੀ ਰੋਟੀ ਨਹੀਂ ਸਨ ਖਾਂਦੇ। ਅੱਛਾ। ਉਹ ਕੋਈ ਨਾ ਕਤਰਾਏ, ਉਹ ਨਹੀਂ ਮੇਰੇ ਪੁੱਤਰੀਆਂ ਨੇ ਰੋਟੀ ਪਕਾਈ ਹੈ, ਅਤੇ ਉਹ ਫਿਰ ਮੈਨੂੰ ਆਉਂਦਾ ਪੁੱਤਰ ਸ਼ਰਾਬ ਮਿਲ ਜਾਏਗਾ। ਮੈਂ ਕਿਹਾ ਚਾਚਾ ਅਸੀਂ ਸ਼ਰਾਬ ਨਹੀਂ ਪੀਂਦੇ, ਜਿਹਨਾਂ ਨਾਲ ਆਏ ਉਹ ਪੀਂਦੇ ਨੇ।
ਉੱਥੋਂ ਤੁਹਾਨੂੰ ਸ਼ਰਾਬ ਮਿਲ ਜਾਏਗਾ। ਅਗਰ ਉਹ ਲੰਬੜ ਜਿਹੜੇ ਕਰਮਚੰਦ ਦੀ ਔਲਾਦ, ਉਹਨਾਂ ਦੇ ਚਾਚੇ ਦੇ ਪੁੱਤਰ, ਉਹਨਾਂ ਦੇ ਇੱਕ ਦਾਦੇ ਦੀ ਔਲਾਦ ਸਨ, ਉਹਨਾਂ ਲਾਏ ਸਨ ਜਿਹੜੇ ਇੱਥੇ ਰਹਿ ਗਏ। ਮੈਂ ਕਿਹਾ ਚਾਚਾ ਉਹਨਾਂ ਕੋਈ ਸ਼ਰਾਬ ਵੀ ਲੱਭ ਜਾਏਗਾ, ਫੀਮ ਸਭ ਕੋਈ ਲੱਭ ਜਾਏਗਾ। ਉਹ ਸਕਦਾ ਨਹੀਂ ਪੁੱਤਰ, ਸ਼ਰਾਬ ਤੋਂ ਬਗੈਰ ਗੁਜ਼ਾਰਾ ਨਹੀਂ ਹੁੰਦਾ। ਮੇਰੇ ਨਾਲ ਜਿਹੜਾ ਪਹਿਲਵਾਨ ਆਏ ਆ ਨਾ, ਇਹ ਕਰੋੜਪਤੀ ਨਹੀਂ ਅਰਬਪਤੀ ਹੈ, ਅਤੇ ਬਹੁਤ ਨਾਮੀ ਗ੍ਰਾਮੀ ਪਹਿਲਵਾਨ ਹੈ ਦਿੱਲੀ। ਦਿੱਲੀ ਦਾ ਪਹਿਲਵਾਨ ਨਹੀਂ ਮੈਨੂੰ ਪਤਾ, ਅੱਛਾ ਹੋ ਸਕਦਾ ਨਾਮੀ ਗ੍ਰਾਮੀ ਪਹਿਲਵਾਨ ਹੈ ਦਿੱਲੀ ਦਾ, ਅਤੇ ਇਹ ਅਰਬਪਤੀ ਹੈ। ਅਤੇ ਮੈਂ ਉਹ ਮੇਰਾ ਤਾਇਆ ਜਿਹੜਾ ਨਾ ਅੱਲਾ ਜਨ ਸੇਵ ਕਰੇ, ਉਹ ਕੋਲ ਬਹਿ ਕੇ ਨਾ ਆਉਂਦੇ ਨੇ ਉਹ ਪੁੱਤਰਾਂ ਦੀ ਸੁਣਾਓ, ਇਕੱਠੇ ਇੱਥੇ ਰਹੇ। ਉਹ ਬਲਕਾਰ ਸਿੰਘ ਆਪਣੇ ਪੁੱਤਰਾਂ ਦੀ ਸੁਣਾਓ, ਉਹ ਆਉਂਦਾ ਭਾਈਆ ਆਪਣੀਆਂ ਕਰ ਛੱਡ ਪੁੱਤਰਾਂ ਨੂੰ, ਅੱਛਾ ਆਪਣੀਆਂ ਕੋਈ ਕਰ। ਉਹ ਫਿਰ ਨਾ ਤਾਇਆ ਮੇਰਾ ਉਹ ਬਲਕਾਰ ਸਿੰਘ ਆ, ਉਹ ਆਪਣੇ ਮੁੰਡਿਆਂ ਦੀ ਸੁਣਾ, ਆਉਂਦਾ ਮੁੰਡਿਆਂ ਦੀ ਸੁਣ ਲੈ। ਉਹ ਸਕਦਾ ਇੱਕ ਮੁੰਡਾ ਮੇਰਾ ਐਸ ਐਸ ਪੀ ਆ, ਇੱਕ ਮੁੰਡਾ ਕੰਜਰਖਾਨੇ ਟੁਰ ਗਈ, ਉਹਦੀ ਆਹ ਫਿਲਮ ਆਉਣੀ ਆ ਉਹ ਵੇਖੀ, ਆ ਉਹਦੀ ਆਹ ਫਿਲਮ ਲੱਗਣੀ ਆ ਅਤੇ ਇਹ ਵੇਖੀ। ਅਤੇ ਉਹ ਸਕਿਆ ਪੁੱਤਰ ਇੱਕ ਭਾਈਆ ਇੱਕ ਪ੍ਰਾਪਰਟੀ ਦਾ ਕੰਮ ਕਰਦਾ, ਅੱਲਾ ਦੀ ਬੜੀ ਖੈਰ ਹੈ, ਹੁਣ ਆਪਣੀਆਂ ਕਰੀਏ। ਵਾਲੇਕੁਮ ਸਲਾਮ ਜੀ। ਕੀ ਨਾਮ ਹੈ ਆਪਣਾ? ਖੁਸ਼ੀ ਮਾਮਾ ਜੀ। ਫਾਲਕ ਸਾਹਿਬ ਦਾ? ਫਜਲ। ਤੇ ਦਾਦਾ ਜੀ ਦਾ? ਦਾਦਾ ਜੀ ਨੇ ਪਤਾ ਨਹੀਂ ਪਤਾ ਜੀ ਹੁਣੇ ਮਾਰਨਾ। ਅੱਛਾ ਨਹੀਂ ਪਤਾ। ਅਸੀਂ ਅੱਜ ਤੁਹਾਡੇ ਪਿੰਡ ਮਰਾਲੀ ਵਾਲਾ ਦਾ ਇੰਟਰਵਿਊ ਕਰ ਰਹੇ ਹਾਂ ਬਜ਼ੁਰਗਾਂ ਦਾ, ਵੱਖ-ਵੱਖ ਬਜ਼ੁਰਗਾਂ ਦਾ। ਹਾਂਜੀ। ਇਹ ਦੱਸੋ ਤੁਹਾਡਾ ਦੂਸਰਾ ਕਿਹੜਾ ਖਾਨਦਾਨ ਹੈ ਇੱਥੇ? ਬਲੋਚ। ਬਲੋਚ। ਹਾਂਜੀ। ਤੁਸੀਂ 47 ਤੋਂ ਪਹਿਲਾਂ ਵੀ ਇੱਥੇ ਆਏ ਹੋ ਕਿ? ਸਾਡੇ ਵੱਡੇ ਵੀ ਇੱਥੇ ਰਹੇ ਨੇ। ਹਾਂਜੀ। ਇੱਥੇ ਕਿਹੜੀਆਂ ਕਿਹੜੀਆਂ ਕੌਮਾਂ ਵਾਸ ਸੀ? ਸਾਡੇ ਵਗਤਾਂ 'ਚ ਕੁਛ ਆਪਣਾ ਫਕੀਰ ਕੌਮ ਸਨ, ਕੋਈ ਵਾਲੇ ਕੌਮ ਸਨ, ਕੋਈ ਆਪਣਾ ਮੁਸਲਮਾਨ ਸਨ। ਸਟੋਰੀ ਪੁੱਛਣੀ ਹੈ ਸੀ ਕਿ ਮੈਨੂੰ ਪਤਾ ਲੱਗਿਆ ਕਿ ਤੁਹਾਡੇ ਘਰੋਂ ਸੋਨਾ ਨਿਕਲਿਆ ਸੀ, ਤੁਹਾਡੇ ਘਰੋਂ ਨਿਕਲਿਆ ਸੀ ਕਿ? ਦੱਸ ਦੇਣਾ ਦੱਸ ਦੇਣਾ ਉਹਦੀ ਸਟੋਰੀ। ਅਬਦਰ ਵਾਲਾ ਸੀ। ਹਾਂਜੀ। ਅਬਦਰ ਵਾਲਾ? ਅੱਛਾ। ਉੱਥੇ ਮੈਂ ਮਜ਼ਦੂਰੀ ਕਰ ਰਿਹਾ ਹਾਂ, ਉੱਥੇ ਮੈਂ ਨੀਂਹ ਪੁੱਟਦਿਆਂ ਪੁੱਟਦਿਆਂ ਥੱਲਿਓਂ ਐਡਾ ਕੋਈ ਕੁੱਜਾ ਦੇ ਵੱਡਾ ਨਿਕਲਿਆ। ਅੱਛਾ। ਉਹ ਮੈਂ ਖੋਲ੍ਹਿਆ, ਉਹਦੇ ਵਿੱਚ ਕਿਤੇ 7,000 ਸੀ। ਅੱਛਾ। ਉਹਦੇ ਵਿੱਚ ਕੜੇ ਸਨ, ਬੀਬੀਆਂ ਝੁੰਮਰ ਸੂਈਆਂ ਲਾਉਂਦੀਆਂ ਸਿਰ ਨੂੰ, ਉਹ ਸਨ, ਜਾਂ ਪੈਰਾਂ ਨੂੰ ਪੰਜੇਬਾਂ 4 ਜੋੜੀਆਂ ਉਹ ਨਿਕਲੀਆਂ ਹਨ। ਅਤੇ ਮੈਂ ਤਾਂ ਪੁੱਤਰਾ ਫੜ ਕੇ ਅਤੇ ਉਹਨਾਂ ਨੇ ਫੜਾ ਛੱਡਿਆ ਸੀ। ਸੋਨਾ ਸੀ? ਸੋਨਾ ਸੀ। ਕਿਹੜੇ ਸਨ ਦੀ ਗੱਲ ਆ? ਮੈਂ ਤਾਂ ਕਹਾਂ ਮੇਰੇ ਥੋੜ੍ਹੇ ਪੰਜੂ ਚਿਰ ਹੋਏ, ਥੋੜ੍ਹੇ ਸਾਲ ਹੋ ਗਏ ਨਾ, 20-25 ਸਾਲ ਹੋ ਗਏ। ਜੇ ਪਰ ਆਪਣਾ ਨੀਂਹ ਕੱਢਦਿਆਂ ਕਰੋ, ਜੇ ਪਰ ਉਹ ਚੋਂ ਨਿਕਲਿਆ। ਸਾਨੂੰ ਜੀ ਮੇਰਾ ਭਰਾ ਇਹਨਾਂ ਦੇ ਨਾਲ ਲੱਗਾ ਸੀ ਮਨਵਰ, ਇਕੱਠੇ ਲੱਗੇ ਹਨ ਮਜ਼ਦੂਰੀ, ਉਹ ਨੀ ਪੁੱਟਦੇ ਸਨ, ਉਹ ਸੰਤੀ ਦਾ ਘਰ ਸੀ, ਸੰਤੀ ਸਿੱਖ ਹੁੰਦਾ ਸੀ ਉਹਦਾ ਘਰ ਸੀ, ਸੰਤ ਸਿੰਘ। ਉਹ 3 ਵਾਰੀ ਫੌਜ ਲੈ ਕੇ ਆਇਆ ਇੱਥੇ। ਹਾਂਜੀ। ਜਦੋਂ 47 ਤੋਂ ਬਾਅਦ? ਹਾਂਜੀ, ਉਹ ਆਪਣੇ ਫੌਜੀ ਲੈ ਕੇ ਆਇਆ, ਫਿਰ ਇੱਥੋਂ ਆਣ ਕੇ ਪੁਲਿਸ ਨੂੰ ਨਾਲ ਲੈ ਥਾਣੇ ਨੂੰ ਇੱਥੇ ਆਇਆ ਘਰ, ਉਹਨੂੰ ਉਹ ਪਤਾ ਹੀ ਨਹੀਂ ਲੱਗਾ ਉਹ ਥਾਂ ਦਾ ਵੀ ਕਿੱਥੇ ਮੈਂ ਦੱਬ ਗਿਆ। ਉਹ ਬੜਾ ਪੁੱਟਿਆ ਹੁਣ, ਉਹਨਾਂ ਨੂੰ ਲੱਭਿਆ ਹੀ ਨਹੀਂ ਉਹ ਸਿੱਖਾਂ ਨੂੰ, ਉਹਨਾਂ ਨੂੰ ਉਹ ਲੱਭਿਆ ਹੀ ਨਹੀਂ। 3 ਵਾਰੀ ਉਹ ਆਇਆ, 3 ਵਾਰੀ ਤ੍ਰੈ ਵਾਰੀ ਆਇਆ ਪੁਲਿਸ ਲੈ ਕੇ, ਤੇ 3 ਵਾਰੀ ਨਹੀਂ ਉਹਨੂੰ ਲੱਭਾ। ਉਹ ਘਰ ਕਿਹਨੂੰ ਅਲਾਟ ਹੋ ਗਿਆ ਸੀ? ਉਹ ਘਰ ਫਿਰ ਇਹਨਾਂ ਵਧਿਆ ਮੁੱਲ ਲਿਆ। ਅੱਛਾ। ਅਵਾਣਾ ਕੋਲ? ਅੱਛਾ। ਅਵਾਣਾ ਦੇ ਕੋਲ ਸੀ ਉਹ ਮਕਾਨ, ਤੇ ਵਾਣਾ ਨੂੰ ਨਹੀਂ ਸੀ ਪਤਾ ਵੀ ਇੱਥੇ ਇਹ ਗੱਲ ਹੈ। ਅੱਛਾ। ਜੇ ਉਹਨਾਂ ਨੂੰ ਪਤਾ ਹੁੰਦਾ ਤੇ ਉਹ ਘਰ ਤੋਂ ਬੈਠ ਜੇ। ਅੱਛਾ। ਉਹ ਜਦੋਂ ਇੱਥੇ ਆਉਂਦਾ ਰਿਹਾ ਨਾ, ਉਹ ਬੜੀ ਜੀ ਦੁਨੀਆ ਨਾਲ ਉਹਨੇ ਜਾਂਦੀ ਰਹੀ ਹੈ। ਉਹ ਆਖੇ ਜੀ ਐਸ ਕੰਧ 'ਚ ਦੱਬਿਆ ਸੀ, ਉੱਥੇ ਮਾਰਨੀ ਗਿਣਤੀ, ਐਸ ਕੰਧ 'ਚ ਦੱਬਿਆ ਸੀ ਉੱਥੇ ਗਿਣਤੀ ਮਾਰ, ਉਹਨੂੰ ਚੇਤੇ ਹੀ ਨਹੀਂ ਉਹ ਗੱਲ ਰਹੀ, ਅਤੇ ਨਾਲੇ ਉਹਦੇ ਨਸੀਬਾਂ 'ਚ ਹੀ ਨਹੀਂ ਸੀ ਗੱਲ, ਤਾਂ ਨਸੀਬਾਂ ਨਹੀਂ ਹੁੰਦੀ ਹੈ। ਉਹ ਤਾਂ ਆਹ ਗੱਲ ਜੇ ਤੁਹਾਨੂੰ ਕਿਵੇਂ ਲੱਭਾ?
मकान बनता ही पिया नवी तमीर लाई सन बंद करके कंबल बंद कि पानी नहीं पै सकता इस तरह का बंद डब्बिया बंद सी जेड़ा सोना सी ना अपना सत लड़ी हार वो खुला सी जिहड़ियां ना कड़े मुकद्दर ए जी इन्हां दी दुश्मनी सी इन्हां दे दादे दी आपस दे पट्टियां दी ते वालियां दी पट्टियां दी ते सिखां दी ओ जिहड़े जंगीरू ते करतारू सन अच्छा इन्हां जिहड़ा दादा सी ना ओ ते ओ लगदे सन जां पानी बन्नण तों जां पानी डकदे सन ओ बन्नदे सन ओ ਉਹ ਜਦੋਂ ਸੰਨ 47 ਹੋਈਏ ਨਾ ਉਹਨਾਂ ਫਿਰ ਜੰਗੀਰੂ ਅਤੇ ਕਰਤਾਰੂ ਆਖਿਆ ਵੀ ਅਸਾਂ ਹੁਣ ਜਾਂ ਉਹਨੂੰ ਮਾਰਨਾ ਅਤੇ ਜਾਂ ਉਹਨੇ ਸਾਨੂੰ ਮਾਰਨਾ ਅਸਾਂ ਹੋਰ ਨਹੀਂ ਕਿਸੇ ਨੂੰ ਮਾਰਨਾ ਉਹ ਪੜੱਥਾ ਬੜਾ ਖੇਡਦੇ ਸਨ ਆਉਂਦੇ ਨੇ ਪੜੱਥੇ ਦੇ ਬੜੇ ਮਾਰ ਸਨ ਦੋਵੇਂ ਭਰਾ ਹਾਂਜੀ 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 ਸਾਰਾ ਪਿੰਡ ਫਿਰ ਉਹਨਾਂ ਦੇ ਮਗਰ ਲੱਗਾ ਉਹ ਨਹੀਂ ਕਿਸੇ ਦੇ ਕਾਬੂ ਆਏ ਉਹਨਾਂ ਦੀ ਭੈਣ ਹੁੰਦੀ ਸੀ ਪਿੰਡ ਦੇ ਵਿਚਕਾਰ ਉਹ ਫਿਰ ਇੱਥੇ ਆ ਗਏ ਨੇ ਇਹਨਾਂ ਜਿਹੜਾ ਦਾਦਾ ਸੀ ਨਾ ਕਰੀਮ ਉਹਨੇ ਆਖਿਆ ਵੀ ਪਿਛਾਂ ਹਟ ਜਾਓ ਉਹ ਨਾ ਉਂਝੀ ਤਾਕਤਵਰ ਸੀ ਅਤੇ ਛੋਟੇ ਛੋਟੇ ਵੱਜ ਵੀ ਜਾਣੇ ਤਦ ਵੀ ਕੋਈ ਡਰ ਨਹੀਂ ਮਾਲ ਵੀ ਲੈਂਦਾ ਹੀ ਹੋਣਾ ਹੈ ਜਿਹੜਾ ਐਡਾ ਤਾਕਤ ਵਾਲਾ ਬੰਦਾ ਹੁੰਦਾ ਸੀ ਉਹਨਾਂ ਦਾ ਜੋੜ ਪੈ ਗਿਆ ਜੀ ਉੱਥੇ ਮਰਨ ਲੱਗ ਪਿਆ ਇੱਕ ਦੂਜੇ ਨੂੰ ਛੋਟੇ ਇਹਨੇ ਦੋਵਾਂ ਨੂੰ ਨਾ ਮਾਰ ਛੱਡਿਆ ਮਰਦਿਆਂ ਮਰਦਿਆਂ ਉਹਨਾਂ ਕੀ ਕੰਮ ਕੀਤਾ ਉਹਨਾਂ ਨੇਜ਼ਾ ਮਾਰਿਆ ਕਿਹਨੂੰ ਖੁਸ਼ੀ ਬਾਜਵੇ ਨੂੰ ਵੱਜਾ ਉਹਨੂੰ ਇੱਥੇ ਵੱਜਾ ਇਹਨਾਂ ਦੋਵਾਂ ਨੂੰ ਉਹਨਾਂ ਫੱਟਣਾ ਲਾ ਉਹਨਾਂ ਆਖਿਆ ਮੱਲੂ ਦੇ ਮੁੰਡਿਆਂ ਦੇ ਤੇ ਹਾਲ ਫਿਰ ਗਏ ਨੇ ਉਹਨੇ ਆਖਿਆ ਜੇ ਮੱਲੂ ਦੇ ਮੁੰਡਿਆਂ ਦੇ ਹਾਲ ਫਿਰ ਗਏ ਨੇ ਤੇ ਭੱਟੀਆਂ ਤੇ ਵੀ ਫਿਰ ਗਏ ਨੇ ਉਹ ਮੁੱਲਾ ਸਿੰਘ ਦੇ ਪੁੱਤਰ ਸਨ ਤੇ ਬੜਾ ਆਉਂਦੇ ਨੇ ਜ਼ੋਰਾਵਰ ਉਹ ਬੰਦੇ ਹਨ ਦੋਵੇਂ ਇਸ ਮੁਰਾਲੀ ਵਾਲੇ 'ਚ ਬਾਕੀ ਖਾਨਦਾਨ ਉਹਨਾਂ ਦਾ ਚਲਾ ਗਿਆ ਸੀ ਇੱਥੋਂ ਬਾਕੀ ਉਹਨਾਂ ਦਾ ਖਾਨਦਾਨ ਹੀ ਸਨ ਇਹ ਬੇਲੀ ਹੋਰੀ ਆ ਜਿਹੜੇ ਲੰਬਰ ਨੇ ਅੱਛਾ ਇਹਦੀ ਉਹਨਾਂ ਫੁੱਫੀ ਕੀਤੀ ਸੀ ਬੰਸੋ ਕਰਤਾਰੂ ਨੇ ਜੰਗੀਰੂ ਨੇ ਇਹ ਰਿਸ਼ਤੇਦਾਰੀ ਸੀ ਨਾ ਇਹਨਾਂ ਦੀ ਆਪੇ 'ਚ ਹੈ ਸੀ ਇੱਕ ਸਕੂਲ ਆਹ ਬੜਾ ਵੱਡਾ ਸਕੂਲ ਆ ਜਿਹੜਾ ਇੱਕ ਇਹ ਸਕੂਲ ਸੀ ਅਤੇ ਇੱਕ ਅੰਦਰ ਸਕੂਲ ਹੁੰਦਾ ਸੀ ਉਹ ਤਾਂ ਐਵੇਂ ਨਿੱਕਾ ਜਿਹਾ ਹੀ ਸਕੂਲ ਸੀ ਉਹ ਜਿਹੜਾ ਉਹ ਤਾਂ ਵੱਡਾ ਸਕੂਲ ਉਹ ਤਾਂ ਕੋਠੀ ਸੀ ਗੇ ਉਹ ਤਾਂ ਕਿਸੇ ਸਿੱਖ ਦੀ ਕੋਠੀ ਸੀ ਮੁਸਲਮਾਨ ਹੋ ਗਏ ਹਨ ਇੱਕ ਕੋਈ ਇੱਕ ਪੀੜ੍ਹੀ ਪਹਿਲੂ ਹੋ ਗਿਆ ਹਨ ਸਾਡਾ ਖਾਨਦਾਨ ਫਿਰ ਵਿੱਚ ਬਾਅਦ ਵਿੱਚ ਹੋਇਆ ਇਸ ਗੱਲ ਬਹਾਦਰ ਇੱਥੇ ਤਿੰਨ ਬੰਦੇ ਹਨ ਇੱਥੇ ਬਹਾਦਰ
ਇੱਕ ਦੇ ਨਾਂ ਕਰੀਮ ਭੱਟੀ ਸੀ ਅੱਛਾ ਜਿਹੜਾ ਬਹੁਤ ਦਲੇਰਾ ਬੰਦਾ ਸੀ ਮੁਸਲਮਾਨਾਂ ਵਿੱਚ ਅੱਛਾ ਕਰੀਮ ਭੱਟੀ ਸਹੀ ਦੂਜੇ ਨੰਬਰ ਦੇ ਉੱਤੇ ਜੰਗੀਰਾ ਸਿੰਘ ਸੀ ਅੱਛਾ ਤੇ ਕਰਤਾਰਾ ਦੋ ਭਰਾ ਹਨ ਕਰਤਾਰੇ ਨੂੰ ਮੁਸਲਮਾਨ ਪੰਦਰਾਂ ਵੀਹ ਸਨ ਗਰੁੱਪ ਨਹੀਂ ਪਤਾ ਲੱਗ ਸਕਦਾ ਕਿ ਕਿਹੜੇ ਬੰਦੇ ਇਕੱਲੇ ਮਾਰਿਆ ਅਸੀਂ ਉਹ ਗਰੁੱਪ ਨਹੀਂ ਗਿਣਾਂਗੇ ਉਹ ਗਰੁੱਪ ਨਹੀਂ ਮਾਰਿਆ ਉਹ ਗਰੁੱਪ ਜਿਹੜਾ ਸੀ ਨਾ ਉਹ ਫਿਰ ਦਰਵਾਜ਼ਾ ਖੋਲ੍ਹ ਦਿੱਤਾ ਉਹਨਾਂ ਬਲਮ ਮਾਰੀ ਦਰਵਾਜ਼ਾ ਖੋਲ੍ਹਦਾ ਮੁਸਲਮਾਨ ਜਿਹੜੇ ਹਨ ਇਹਨਾਂ ਕੋਲ ਜਾਂਗੇ ਛੋਟੇ ਅਸਲਾ ਕੋਈ ਨਹੀਂ ਸੀ ਉਦੋਂ ਪਸਤੌਲ ਬੰਦੂਕ ਅਸਲਾ ਕੋਈ ਨਹੀਂ ਸੀ ਛੁਰੇ ਛਰੇ ਸਨ ਇਹਦੇ ਨਾਲ ਵਿੰਨ ਵੁੰਨ ਕੇ ਉਹਨਾਂ ਨੂੰ ਉੱਥੇ ਮਾਰ ਛੜਿਆ ਬਤਾਲੀ ਬੰਦੇ ਮੋਏ ਸਨ ਮਰਾਲੀ ਵਾਲੇ ਦੇ